ਸਭ ਤੋਂ ਪੁਰਾਣੇ ਘਰ ਚ ਆਪਾਂ ਲੁਧਿਆਣੇ ਦੇ ਵਿੱਚ ਬੈਠੇ ਆ ਕੋਠੀ ਦੇ ਵਿੱਚ ਕੋਠੀ ਚਾ ਜਿਹੜਾ ਅੱਜ ਕੱਲ ਚੱਲਦਾ ਵੀ ਕੋਠੀ ਪਾਲੀ ਹੈ ਨਾ ਕੋਠੀ ਇਹ ਲੁਧਿਆਣੇ ਸ਼ਹਿਰ ਦੀ ਪਹਿਲੀ ਕੋਠੀ ਹੈ ਜੀ 1900 ਸਮਝ ਲਓ ਵੀ ਇਹ 29 ਚ ਇਹ ਕੰਪਲੀਟ ਹੋ ਗਈ ਸੀ ਬਹੁਤ ਸਾਰੀਆਂ ਆਪਣੇ ਪੰਜਾਬ ਦੇ ਵਿੱਚ ਵਿਰਾਸਤੀ ਜਗ੍ਹਾ ਹਾਂ ਜੀ ਕਿਲੇ ਹੈਗੇ ਆ ਬਹੁਤ ਹਵੇਲੀਆਂ ਕਿਲੇ ਖੂਹ ਠੀਕ ਹੈ ਲੱਗਦਾ ਵੀ ਸੰਭਾਲ ਕੇ ਰੱਖ ਰਹੇ ਆ ਜਾਂ ਉਸ ਦਾ ਸਹੀ ਲਾਹਾ ਲਿਆ ਜਾ ਰਿਹਾ ਸਰਕਾਰ ਵੱਲੋਂ ਪਬਲਿਕ ਪਲੇਸ ਤੇ ਰੋਕਿਆ ਜਾਂ ਟੋਕਿਆ ਉਹਨੂੰ 1 ਸਾਲ ਦੀ ਕੈਦ ਤੇ 10,000 ਰੁਪਏ ਜੁਰਮਾਨਾ ਤੇ ਸਾਨੂੰ ਪਤਾ ਹੈ ਵੀ ਰਾਜ ਕਿਵੇਂ ਚੱਲਦਾ ਜਦੋਂ ਕਿ ਰਾਜ ਸਭਾ ਦੇ ਦਰਬਾਰ ਦੇ ਕੂਕਰ ਬਣ ਕੇ ਰਹੇ ਆ ਲੋਕ ਇਹ ਇਹ ਤਾਂ ਉਹ ਲੋਕ ਜਿਹੜੇ ਭਗਤ ਸਿੰਘ ਦੇ ਬਰਖਲਾਫ 500-500 ਬੰਦਾ ਅਗਵਾਈ ਦੇਣ ਵਾਲੇ ਤਿਆਰ ਹੈ ਖੜੇ ਸੀਗੇ 500-500 ਬੰਦਾ ਉਹ ਬੰਦੇ ਜਿਹੜੇ 3-3 ਜਮਾਤਾਂ ਬਾਹਰ ਲਾ ਕਰਕੇ ਇੰਗਲੈਂਡ ਤੋਂ ਆ ਕੇ ਤੇ ਨੱਚੀ ਗਏ ਦਿੱਲੀ ਦੇ ਦਰਬਾਰਾਂ 'ਚ ਉਹ ਰਾਜਗੱਦੀ ਤੇ ਬਹਿ ਕੇ 3-3, 4-4 ਪੀੜ੍ਹੀਆਂ ਹੋ ਗਈਆਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੋਂ ਘੱਟ ਉਹਨਾਂ ਦੀ ਗੱਦੀ ਹੈ ਨਹੀਂ ਕਦੇ ਵੀ ਫੈਸਲਾ ਪੰਜਾਬ ਦੀ ਧਰਤੀ ਤੋਂ ਨਹੀਂ ਹੋਇਆ ਸਿਰਫ ਕੱਲਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਦੋਂ ਆਪਣੇ ਫੈਸਲੇ ਆਪ ਹੋਏ ਸੀ 50 ਸਾਲ ਉਸ ਤੋਂ ਬਾਅਦ ਰੋਲ ਕੇ ਜਿਹੜੇ ਅਖੌਤੀ ਪੜ੍ਹੇ ਲਿਖੇ ਨੇ ਆਪਣੇ ਆਪ ਨੂੰ ਬਹੁਤ ਸਿਆਣੇ ਕਹਿੰਦੇ ਆ ਉਹ ਤਾਂ ਪੰਜਾਬ ਦੇ ਬਰਖਲਾ ਭੁਗਤਦੇ ਨੇ ਤੇ ਜਿਹੜੇ ਕਿਰਤ ਕਰਨ ਵਾਲੇ ਆ ਕੇ ਇਹਨਾਂ ਨੂੰ ਕੀ ਪਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਗੱਲਬਾਤ ਕਰਾਂਗੇ ਪੰਜਾਬ ਦੀ, ਪੰਜਾਬ ਦੇ ਉਹਨਾਂ ਮੁੱਦਿਆਂ ਬਾਰੇ ਜੋ ਲੋਕ ਪੰਜਾਬ ਨੂੰ ਕਹਿੰਦੇ ਆ ਵੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਣਾਗਾ, ਪੰਜਾਬ ਨੂੰ ਉਹ ਦਲਦਲ 'ਚੋਂ ਕੱਢਣਾ ਗਾ ਜਿਹੜੀ ਦਲਦਲ 'ਚ ਪਹਿਲਾਂ ਵਾਲੇ ਰਾਜਨੀਤਿਕ ਆਗੂ ਫਸਾ ਗਏ। ਅਤੇ ਗੱਲ ਇੱਕ ਹੋਰ ਚੀਜ਼ ਨੂੰ ਲੈ ਕੇ ਵੀ ਕਰਾਂਗੇ, ਖਾਸ ਕਰਕੇ ਅੱਜ ਜਿੱਥੇ ਅਸੀਂ ਬੈਠੇ ਹਾਂ ਲੁਧਿਆਣੇ ਸ਼ਹਿਰ ਦੀ ਪਹਿਲੀ ਕੋਠੀ ਆ ਜਿਹੜੀ 1935 ਦੇ ਵਿੱਚ ਬਣਦੀ ਆ ਅਤੇ ਜਿੱਥੇ ਬਾਪੂ ਬਲਕੌਰ ਸਿੰਘ ਗਿੱਲ ਹੋਣੇ ਰਹਿੰਦੇ ਨੇ। ਟੂਰਿਸਟ ਮਹਿਕਮੇ ਨੂੰ ਵੀ ਲੈ ਕੇ ਗੱਲ ਕਰਾਂਗੇ ਕਿਉਂਕਿ ਉੱਥੋਂ ਵੀ ਪੰਜਾਬ ਨੂੰ ਬਹੁਤ ਸਾਰਾ ਜਿਹੜਾ ਪੈਸਾ ਗਾ ਜਾਂ ਰੈਵਨਿਊ ਆ ਉਹ ਇਕੱਠਾ ਹੋ ਸਕਦਾ ਗਾ, ਪਰ ਕੀ ਸਰਕਾਰ ਦਾ ਧਿਆਨ ਵਾਕਿਆ ਹੀ ਉਸ ਪਾਸੇ ਨੂੰ ਹੈਗਾ ਜਾਂ ਨਹੀਂ। ਬਾਪੂ ਜੀ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਆ ਜੀ, ਠੀਕ ਚੜ੍ਹਦੀ ਕਲਾ, ਦਰਸ਼ਨ ਹੋ ਗਏ ਤੁਹਾਡੇ ਜੀ। ਬਾਪੂ ਜੀ ਸਭ ਤੋਂ ਪੁਰਾਣੇ ਘਰ 'ਚ ਆਪਾਂ ਲੁਧਿਆਣੇ ਦੇ ਵਿੱਚ ਬੈਠੇ ਹਾਂ ਕੋਠੀ ਦੇ ਵਿੱਚ, ਕੋਠੀ 'ਚ ਜਿਹੜਾ ਅੱਜ ਕੱਲ੍ਹ ਚੱਲਦਾ ਵੀ ਕੋਠੀ ਪਾਲੀ, ਕੋਠੀ ਇਹ ਲੁਧਿਆਣੇ ਸ਼ਹਿਰ ਦੀ ਪਹਿਲੀ ਕੋਠੀ ਹੈ ਜੀ 1900 ਸਮਝ ਲਓ ਵੀ 29 'ਚ ਇਹ ਕੰਪਲੀਟ ਹੋ ਗਈ ਸੀ। ਅੱਛਾ ਜੀ, ਹਾਂ 1929 'ਚ ਡਾਕਟਰ ਹੀਰਾ ਸਿੰਘ ਨੇ ਬਣਵਾਈ ਸੀ ਆਪਦੀ ਬੇਟੀ ਦੇ ਲਈ, ਉਹਨਾਂ ਦੀ ਬੇਟੀ ਸੀ ਸ਼ਿਵਦੇਵ ਕੌਰ, ਡਾਕਟਰ ਸੀ ਉਹ ਵੀ, ਉਹਨਾਂ ਦੀ ਖਾਤਰ ਬਣਵਾਈ ਸੀ। ਸੰਭਾਲ ਕੇ ਰੱਖ ਰਹੇ ਆ ਜਾਂ ਉਸਦਾ ਸਹੀ ਲਾਹਾ ਲਿਆ ਜਾ ਰਿਹਾ ਸਰਕਾਰ ਵੱਲੋਂ? ਸਰਕਾਰਾਂ ਦੀ ਤਾਂ ਚੇਤਨਾ ਹੀ ਨੀ, ਲਾਹਾ ਲੈਣ ਤਾਂ ਕਮਾਲ ਦੀ ਗੱਲ ਹੈ, ਸੱਭਿਆਚਾਰ ਦੀ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨੇ ਆਪਣੇ ਸੱਭਿਆਚਾਰ ਦੀ ਪਛਾਣ ਹੀ ਨਹੀਂ ਕੀਤੀ ਜੀ। ਪਹਿਲਾਂ ਪਛਾਣ ਜ਼ਰੂਰੀ ਹੁੰਦੀ ਹੈ, ਫਿਰ ਮਾਣ ਜ਼ਰੂਰੀ ਹੁੰਦਾ ਹੈ, ਫਿਰ ਉਹਦਾ ਸਥਾਨ ਜ਼ਰੂਰੀ ਹੁੰਦਾ ਹੈ। ਇਹਨਾਂ ਨੇ ਪਛਾਣ ਹੀ ਨਹੀਂ ਕੀਤੀ ਜੀ, ਫਿਰ ਜਦੋਂ ਪਛਾਣ ਨਹੀਂ ਕੀਤੀ ਤਾਂ ਮਾਣ ਕੀ ਕਰਨਾ? ਜਦੋਂ ਮਾਣ ਨਹੀਂ ਕਰ ਸਕਦੇ ਫਿਰ ਇਹਨਾਂ ਨੇ ਸਥਾਨ ਨਿਸ਼ਚਿਤ ਕੀ ਕਰਨਾ? ਇਹ ਤਾਂ ਇੱਕ ਅਪਮਾਨ ਦੀ ਜ਼ਿੰਦਗੀ ਵਿੱਚ ਜਿਉਂ ਰਹੇ ਆ ਲੋਕ, ਅਪਮਾਨ ਦੀ ਜ਼ਿੰਦਗੀ ਜਿਹੜੀ ਹੀਣ ਭਾਵ ਨਾਲ ਪੂਰੀ ਤਰ੍ਹਾਂ ਭਰੀ ਹੋਈ ਹੈ, ਜਿਹੜੀ ਸਿਰਫ ਆਪਣੇ ਆਪ ਨੂੰ ਸਾਹਿਬ ਜਨਾਬ ਹਜ਼ੂਰ ਮੀ ਲੋਰਡ ਤੇ ਯੋਰ ਓਨਰ ਕਹਿ ਕੇ ਖੁਸ਼ ਹੋ ਜਾਂਦੇ ਨੇ, ਕਦੇ ਮੁਗਲ ਦਰਬਾਰ ਦੀ ਭਾਸ਼ਾ ਵਰਤਦੇ ਆ ਸਾਹਿਬ ਜਨਾਬ ਹਜ਼ੂਰ, ਤੇ ਕਦੇ ਲਾਰਡ ਮਕਾਲੇ ਦੇ ਦਰਬਾਰ ਦੀ ਭਾਸ਼ਾ ਵਰਤਦੇ ਆ ਵੀ ਮੀ ਲੋਰਡ ਯੋਰ ਓਨਰ ਸਰ, ਹਿਜ ਐਕਸੈਲੈਂਸੀ ਹਰ ਐਕਸੈਲੈਂਸੀ, ਇਹ ਸ਼ਬਦਾਂ ਨਾਲ ਤੁਹਾਨੂੰ ਸੰਬੋਧਨ ਕਰਦੇ ਆ। ਉਹ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਰਾਜ ਸੱਤਾ ਦੇ ਬੜੇ ਨੇੜੇ ਹਾਂ ਤੇ ਸਾਨੂੰ ਪਤਾ ਹੈ ਵੀ ਰਾਜ ਕਿਵੇਂ ਚੱਲਦਾ, ਜਦੋਂ ਕਿ ਰਾਜ ਸਭਾ ਦੇ ਦਰਬਾਰ ਦੇ ਕੁੱਕਰ ਬਣ ਕੇ ਰਹੇ ਆ ਲੋਕ, ਇਹ ਕੁੱਕਰ ਬਣ ਕੇ ਤੇ ਆਪਦੇ ਲੋਕਾਂ ਨੂੰ ਨਫ਼ਰਤ ਕੀਤੀ ਹੈ, ਭਾਵੇਂ ਆਪਦੇ ਲੋਕਾਂ ਦੇ ਵਿੱਚ ਕੋਈ ਬੰਦਾ ਕਿਰਤੀ ਹੈ, ਭਾਵੇਂ ਕੋਈ ਕੰਮ ਹੈ, ਭਾਵੇਂ ਕੋਈ ਵਿਦਵਾਨ ਹੈ, ਤੇ ਭਾਵੇਂ ਕੋਈ ਲੋਕਾਂ ਦੀ ਰਾਖੀ ਕਰਨ ਵਾਲਾ ਬੰਦਾ ਦੇਸ਼ ਭਗਤ ਹੈ, ਉਹਦੇ ਬਰਖਲਾਫ਼ ਭੁਗਤੇ ਆ।
ਇਹ ਤਾਂ ਉਹ ਲੋਕ ਨੇ ਜਿਹੜੇ ਭਗਤ ਸਿੰਘ ਦੇ ਬਰਖਲਾਫ 500 ਬੰਦਾ ਅਗਵਾਈ ਦੇ ਨਾਲ ਤਿਆਰ ਖੜੇ ਸੀਗੇ, 500 ਬੰਦਾ, ਇੱਕ ਨਾ ਅੱਧਾ, ਦੋ ਨਾ ਤਿੰਨ। ਹਾਂ, ਇਸ ਕਰਕੇ ਇਹਨਾਂ ਨੇ ਆਪਣੇ ਸੱਭਿਆਚਾਰ ਨੂੰ ਪਛਾਣਿਆ ਹੀ ਨਹੀਂ, ਪਛਾਣਨ ਦੀ ਬੜੀ ਜ਼ਰੂਰਤ ਹੈ। ਪੰਜਾਬ ਦੇ ਵਿੱਚ ਬਹੁਤ ਕੁਛ, ਇਹ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਦੋ ਟੁਕੜੇ ਹੋਏ ਆ। ਕਈ ਤਾਂ ਕਹਿੰਦੇ ਹਿੰਦੁਸਤਾਨ ਦੇ ਦੋ ਟੁਕੜੇ, ਨਾ ਨਾ, ਪੰਜਾਬ ਦੇ ਹੋਏ ਆ। ਅਤੇ ਅੱਧਾ ਪੰਜਾਬ ਪਾਕਿਸਤਾਨ 'ਚ ਰੁੜਦਾ ਫਿਰਦਾ, ਅੱਧਾ ਪੰਜਾਬ ਆਪਣੇ ਰੁੜਦਾ ਫਿਰਦਾ। 16 ਕਰੋੜ ਲੋਕਾਂ ਦੀ ਭਾਸ਼ਾ ਦਾ ਪੰਜਾਬ ਹੈ, ਦੁਨੀਆ ਦੀ 10ਵੀਂ ਵੱਡੀ ਕੌਮ ਹੈ ਜੀ, ਪਰ ਨਾਂ ਅਤੇ ਸਥਾਨ ਕਿਤੇ ਵੀ ਨਹੀਂ। ਬਿਕੋਜ਼ ਸਪੈਨਿਸ਼ ਇੱਕ ਥਾਂ 16 ਕਰੋੜ ਹੈਗੇ, ਇੰਗਲੈਂਡ ਵਾਲੇ ਦੱਸ ਦਿਓ ਹੈਗੇ, ਜਰਮਨ ਹੈਗੇ, ਫਰਾਂਸ ਹੈਗੇ, ਡੱਚ ਹੈਗੇ, ਇਟਾਲੀਅਨ ਹੈਗੇ, ਨਹੀਂ। ਲੱਗਦਾ ਵੀ ਸਭ ਤੋਂ ਜ਼ਿਆਦਾ ਨੁਕਸਾਨ ਆਪਣਿਆਂ ਨੇ ਹੀ, ਆਪਣਿਆਂ ਦਾ ਕੀਤਾ। ਬਕਾਇਦਾ ਸੋਚ ਹੀ ਨਹੀਂ ਸੀ ਵੀ ਸਾਡਾ ਕੀ ਹੋ ਰਿਹਾ, ਚੇਤਨਾ ਹੀ ਨਹੀਂ ਰੱਖੀ ਜੀ। ਮਤਲਬ ਉਹ ਬੰਦੇ ਜਿਹੜੇ 3-3 ਜਮਾਤਾਂ ਬਾਰ ਐਟ ਲਾ ਕਰਕੇ ਇੰਗਲੈਂਡ ਤੋਂ ਆ ਕੇ ਅਤੇ ਨੱਚੀ ਗਏ ਦਿੱਲੀ ਦੇ ਦਰਬਾਰਾਂ 'ਚ, ਉਹ ਰਾਜਗੱਦੀ 'ਤੇ ਬਹਿ ਗਏ। 3-3, 4-4 ਪੀੜ੍ਹੀਆਂ ਹੋ ਗਈਆਂ, ਮੁੱਖ ਮੰਤਰੀ ਪ੍ਰਧਾਨ ਮੰਤਰੀ ਤੋਂ ਘੱਟ ਉਹਨਾਂ ਦੀ ਗੱਦੀ ਹੈ ਨਹੀਂ। ਅਤੇ ਜਿਨ੍ਹਾਂ ਨੇ ਕੁਛ ਨੁਕਸਾਨ ਨਹੀਂ ਕੀਤਾ ਅਤੇ ਆਪਦਾ ਨੁਕਸਾਨ ਕਰਾਇਆ, ਉਹ ਉਹਨਾਂ ਨੂੰ ਆਖਣਾ ਇਹਨਾਂ ਨੂੰ ਅਕਲ ਕੋਈ ਨਹੀਂ, ਇਹਨਾਂ ਨੂੰ ਬਹਿਣਾ ਨਹੀਂ ਆਉਂਦਾ, ਇਹਨਾਂ ਨੂੰ ਖਾਣਾ ਨਹੀਂ ਆਉਂਦਾ, ਇਹਨਾਂ ਨੂੰ ਕੱਪੜੇ ਪਾਉਣੇ ਨਹੀਂ ਆਉਂਦੇ, ਲੋਕਾਂ ਨੂੰ ਉਹਨਾਂ ਨੂੰ ਇਹ ਕਹਿੰਦੇ ਆ। ਪੰਜਾਬ ਦੀ ਜਿਹੜੀ ਸਥਿਤੀ ਹੈ ਉਹਨੂੰ ਕਿਵੇਂ ਦੇਖਦੇ? ਪੰਜਾਬ 'ਚ ਤੁਹਾਨੂੰ ਲੱਗਦਾ ਵੀ ਜਿਵੇਂ ਅੱਜ ਦਾ ਨੌਜਵਾਨ ਇਹ ਸਵਾਲ ਕਰ ਰਿਹਾ ਵੀ ਰਾਜਨੀਤੀ ਲੀਡਰਾਂ ਨੇ ਇਹਨਾਂ ਨੇ ਸਾਨੂੰ ਡੋਬਤਾ, ਪਹਿਲੇ ਵਾਲਿਆਂ ਨੇ ਵੀ, ਹੁਣ ਵਾਲੇ ਵੀ ਡੋਬ ਰਹੇ ਆ, ਕੁਛ ਪੰਜਾਬ ਦੀ ਧਰਤੀ ਦਾ ਕਦੇ ਵੀ ਫੈਸਲਾ ਪੰਜਾਬ ਦੀ ਧਰਤੀ ਤੋਂ ਨਹੀਂ ਹੋਇਆ। ਬਗਾਨਿਆਂ ਨੇ ਕੀਤਾ ਜੀ, ਦਿੱਲੀ ਨੇ ਕੀਤਾ, ਜਾਂ ਇੰਗਲੈਂਡ ਨੇ ਕੀਤਾ, ਜਾਂ ਇਰਾਨ ਨੇ ਕੀਤਾ, ਜਾਂ ਯੂਨਾਨ ਨੇ ਕੀਤਾ, ਜਾਂ ਅਫਗਾਨਿਸਤਾਨ ਨੇ ਕੀਤਾ, ਇਹਨਾਂ ਨੇ ਆਪਣਾ ਫੈਸਲਾ ਆਪ ਕੀਤਾ ਹੀ ਨਹੀਂ। ਇਸ ਕਰਕੇ ਸਿਰਫ ਇਕੱਲਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਦੋਂ ਆਪਣੇ ਫੈਸਲੇ ਆਪ ਹੋਏ ਸੀ 50 ਸਾਲ। ਉਸ ਤੋਂ ਬਾਅਦ ਰੋਡ 'ਤੇ ਆਏ ਆਪਾਂ, ਲੁਧਿਆਣੇ ਸ਼ਹਿਰ 'ਚ ਬੈਠੇ ਹਾਂ, ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬਰਖਿਲਾਫ ਅੰਗਰੇਜ਼ਾਂ ਦੇ ਨਾਲ ਖੜ੍ਹਾ ਸੀ। ਜਿੰਨੇ ਵੱਡੇ ਵੱਡੇ ਸਰਦਾਰ ਇੱਥੋਂ ਦੇ, ਵੱਡੇ ਵੱਡੇ ਸ਼ਾਹੂਕਾਰ ਇੱਥੋਂ ਦੇ, ਵੱਡੇ ਵੱਡੇ ਵਿਦਵਾਨ ਇੱਥੋਂ ਦੇ, ਅਖੌਤੀ ਸਾਰੇ ਗਏ ਨਾ। ਬਦੋਵਾਲ ਦੀ ਲੜਾਈ ਇੱਥੇ 7ਵੇਂ 8ਵੇਂ ਕਿਲੋਮੀਟਰ 'ਤੇ ਹੈ। ਸਾਰਾ ਲੁਧਿਆਣਾ ਨੇ ਅੰਗਰੇਜ਼ ਦੀ ਮਦਦ ਕੀਤੀ ਸੀ ਜੀ, ਔਰ ਆਪਣੀਆਂ 5 ਰਿਆਸਤਾਂ ਸੀ ਆਪਣੀਆਂ ਹਿਮਾਲਵੇ ਦੀਆਂ, ਉਹ ਅੰਗਰੇਜ਼ ਦੇ ਨਾਲ ਖੜ੍ਹੇ ਸੀ। ਹੁਣ ਦੱਸੋ ਫਿਰ ਪੰਜਾਬ ਦਾ ਭਲਾ ਕੀ ਨਹੀਂ ਕਰਨਾ? ਜਿਹੜੇ ਅਖੌਤੀ ਪੜ੍ਹੇ ਲਿਖੇ ਨੇ, ਆਪਣੇ ਆਪ ਨੂੰ ਬਹੁਤ ਸਿਆਣੇ ਕਹਿੰਦੇ ਆ, ਉਹ ਤਾਂ ਪੰਜਾਬ ਦੇ ਬਰਖਲਾ ਭੁਗਤਦੇ ਨੇ। ਅਤੇ ਜਿਹੜੇ ਕਿਰਤ ਕਰਨ ਵਾਲੇ ਆ ਕੇ, ਇਹਨਾਂ ਨੂੰ ਕੀ ਪਤਾ ਜੀ, ਉਹਨਾਂ ਨੂੰ ਨਫ਼ਰਤ ਦੀ ਭਾਵਨਾ, ਇਹਨਾਂ ਨੂੰ ਕੱਪੜੇ ਨਹੀਂ ਪਾਉਣੇ ਆਉਂਦੇ, ਇਹਨਾਂ ਦੀਆਂ ਦਾੜੀਆਂ ਖੁੱਲੀਆਂ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਬਹਿਣਾ, ਕਿਵੇਂ ਬੁਲਾਉਣਾ ਹੈ, ਕਿਉਂਕਿ ਦਰਬਾਰ ਦੀ ਇਹ ਜਿਹਨੂੰ ਕਹਿੰਦੇ ਦਲਾਲਾਗਿਰੀ ਨਹੀਂ ਕਰਦੇ, ਤਾਂ ਕਰਕੇ ਇਹਨਾਂ ਨੂੰ ਕੱਖ ਨਹੀਂ ਪਤਾ। ਜੇ ਆਪਾਂ 1966 ਤੋਂ ਬਾਅਦ ਦੇਖੀਏ, ਜਦੋਂ ਦਾ ਇਹ ਛੋਟਾ ਪੰਜਾਬ ਬਣਿਆ, ਹਾਂ, ਅਕਾਲੀ ਕਾਂਗਰਸ ਸੀ, ਦੋ ਪਾਰਟੀਆਂ ਸੀਗੀਆਂ, ਹਾਂ, ਹੁਣ ਤੀਜੀ ਪਾਰਟੀ, ਤੀਜੀ ਆਈ ਹੈ, ਹਾਂ, ਹੋਈ ਹੈ, ਨਿਗਮਾਨ ਰਹੇ, ਮਾਂ ਪੂਰੀ ਤਰ੍ਹਾਂ ਸੋਣਾ, ਕਿਵੇਂ ਲੱਗ ਰਿਹਾ? ਦੇਖੋ, ਲੋਕਾਂ ਨੇ ਅਕਾਲੀ ਕਾਂਗਰਸ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਇਹਨਾਂ ਨੂੰ ਵੋਟ ਪਾਇਆ ਜੀ। ਲੋਕਾਂ ਨੇ ਆਸਾਂ ਕਰਦੇ ਨੇ, ਆਸਾਂ ਬਹੁਤ ਵੱਡੀਆਂ ਕੀਤੀਆਂ, ਆਸਾਂ ਦੇ ਨਾਲ ਇਹਨਾਂ ਦਾ ਝੋਲੀ ਇੰਨੀ ਭਰਤੀ ਕਿ ਤੁਸੀਂ ਸੋਚ ਹੀ ਨਹੀਂ ਸਕਦੇ। 92 ਸੀਟਾਂ 1947 ਤੋਂ ਲੈ ਕੇ 1950 ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ, ਅੱਜ ਤੱਕ ਕਦੇ ਵੀ ਇੱਕ ਪਾਰਟੀ ਨੂੰ 92 ਵੋਟਾਂ ਨਹੀਂ ਮਿਲੀਆਂ MLA, ਕਦੇ ਵੀ ਜੀ ਇਹਨਾਂ ਨੂੰ ਮਿਲਦੀਆਂ। 1966 ਤੋਂ ਬਾਅਦ ਤਾਂ ਮਤਲਬ ਹੀ ਕੋਈ ਨਹੀਂ, ਠੀਕ ਹੈ ਨਾ, ਅੱਜ ਮਿਲ ਗਈਆਂ ਤੇ, ਪਰ ਲੋਕਾਂ ਦੀਆਂ ਆਸਾਂ ਵੱਡੀਆਂ ਨੇ, ਹੁਣ ਉਹ ਨਿਰਾਸ਼ਾ 'ਚ ਬਦਲਦੀਆਂ। ਜੋ ਕੰਮ ਹੋਣਾ ਚਾਹੀਦਾ ਉਹ ਨਹੀਂ ਹੋਇਆ, ਇਹ 'ਚ ਕੋਈ ਸ਼ੱਕ ਨਹੀਂ। ਤੁਹਾਡੇ ਕਾਲਜ ਵੇਖੋ, ਖਾਲੀ ਹੋ ਰਿਹਾ, ਕੋਈ ਬੰਦਾ ਦਾਖਲਾ ਨਹੀਂ ਲੈ ਰਿਹਾ, ਕੋਈ ਸਟੂਡੈਂਟ ਆ ਤੁਹਾਡੇ ਆ ਗੌਰਮੈਂਟ ਕਾਲਜ ਆ ਸਾਹਮਣੇ, ਪੰਜਾਬ ਦਾ ਮੁੰਡਾ ਨਹੀਂ ਉੱਥੇ, ਖਾਲਸਾ ਕਾਲਜ ਦਾ ਤਾਲੇ ਵੱਜਣ ਨੂੰ ਤਿਆਰ ਨੇ, ਹੋਸਟਲ ਨੂੰ ਤਾਲੇ ਵੱਜ ਗਏ, ਵਿਦਿਆਰਥੀ ਕੋਈ ਨਹੀਂ। ਅਜੇ ਅਸੀਂ ਵਿੱਦਿਆ ਪੜ੍ਹਾਵਾਂਗੇ, ਵਿੱਦਿਆ ਹੈ ਹੀ ਨਹੀਂ, ਆਈਲੈਟ ਕੀਤੀ ਵੱਡੀ ਤੋਂ ਵੱਡੀ ਡਿਗਰੀ ਦੇ ਬਾਹਰ ਭਜਲਾ ਭਜਾ ਤੇ ਉਜਾੜਿਆ ਜਾਂਦਾ ਕਿਸੇ ਬੰਦੇ ਨੂੰ, ਨਰੇਸ਼ਨ ਸਿਰਜੋ, ਉਜਾੜਨ ਦੇ ਲਈ ਉਹਨਾਂ ਨੂੰ ਦੁੱਖ ਭੁੱਖੇ ਦੇ ਵਿੱਚ ਭਜਾ ਦਿਓ। ਪੰਜਾਬ ਨੂੰ ਹੁਣ ਭਜਾਇਆ ਜਾ ਰਿਹਾ, ਸਰਕਾਰ ਜਿਹਦੀ ਮਰਜ਼ੀ ਆ ਜੇ ਨਾ ਇਹ ਰੋਕ ਸਕਦਾ। ਕਾਂਗਰਸ ਨੇ ਤਾਂ ਰੋਕਣਾ ਕੀ ਸੀ, ਅਕਾਲੀਆਂ ਕੋਲ ਵਿਜ਼ਨ ਨਹੀਂ ਸੀ, ਚੱਲ ਭਾਈ ਅੱਲਾ ਅੱਲਾ ਖੈਰ ਸੱਲਾ। ਤੁਹਾਨੂੰ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਜਿੰਨੇ ਰਹੇ ਆ ਜਾਂ ਜਿਹੜੇ ਹੋਣਾ, ਹਾਂ, ਉਹ ਪਾਵਰਲੈਸ ਨੇ? ਇਸ ਤਰ੍ਹਾਂ ਸੀ, ਜਿਹੜੇ ਨਹੀਂ ਕਾਂਗਰਸ ਦੇ ਮੁੱਖ ਮੰਤਰੀ ਕੈਰੋਂ ਤੋਂ ਲੈ ਕੇ, ਇੱਥੋਂ ਤੱਕ ਗੋਪੀ ਚੰਦ ਭਾਰਗਵ ਤੋਂ ਲੈ ਕੇ, ਭੀਮ ਸਿੰਘ ਸੱਚਰ ਤੋਂ ਲੈ ਕੇ, ਉਹਨਾਂ ਉਹ ਕੇਂਦਰ ਤੋਂ ਚੱਲਦੇ ਸੀ, ਕੇਂਦਰ ਤੋਂ, ਅਤੇ ਕੇਂਦਰ ਨੇ ਇਹਨਾਂ ਦੇ ਨਾਲ ਹਮੇਸ਼ਾ ਪੁੱਠਾ ਵਿਹਾਰ ਕੀਤਾ, ਨੈਗੇਟਿਵ।
ਅਕਾਲੀਆਂ ਕੋਲੇ ਉਨੀ ਤਾਕਤ ਨਹੀਂ ਸੀ ਕੋਸ਼ਿਸ਼ ਕਰ ਸਕਦੇ ਸੀ ਬਾਦਲ ਇੱਕ ਦੋ ਵਾਰੀ ਅੱਛਾ ਨਿਭਿਆ ਪਰ ਪਿੱਛੇ ਜਾ ਕੇ ਕਾਫੀ ਕਿਉਂਕਿ ਜਦੋਂ ਦੂਜੀਆਂ ਪਾਰਟੀਆਂ ਨਾਲ ਕੰਬੀਨੇਸ਼ਨ ਹੋਇਆ ਜੋੜ ਤੋੜ ਹੋਇਆ ਉਦੋਂ ਕੁਛ ਕਮਜ਼ੋਰ ਵੀ ਹੋਣਾ ਪਿਆ ਉੱਥੋਂ ਫਿਰ ਦਿੱਲੀ ਦਾ ਦਰਬਾਰ ਨਾਲ ਰਲ ਗਿਆ ਦਿੱਲੀ ਦੇ ਦਰਬਾਰ ਦੀ ਤਾਂ ਹੁਣੇ ਲਾ ਲਓ ਸਾਹਿਬ ਵੀ ਆਹ ਜੱਜਾਂ ਦੀ ਸਿਲੈਕਸ਼ਨ ਕੀਤੀ ਹੈ ਨਾ ਸੁਪਰੀਮ ਕੋਰਟ ਦੇ ਜੱਜਾਂ ਨੇ ਕਹਿ ਤਾ ਜਿਹੜੀ ਪਿੱਕ ਚੂਜ ਦੀ ਜਿਹੜੀ ਥੋੜੀ ਨੀਤੀ ਹੈ ਇਹ ਕਿੰਨੀ ਕੁ ਠੀਕ ਹੈ ਬਈ ਇਹ ਥੋੜੀ ਪਿੱਕ ਐਂਡ ਚੂਜ ਦੀ ਨੀਤੀ ਦਾ ਆਧਾਰ ਕੀ ਹੈ ਆਧਾਰ ਦੱਸਦੇ ਮੰਨ ਜਾਂਗੇ ਵੀ ਜਿਹੜੇ ਦੋ ਬੰਦੇ ਜਾਂ ਤਿੰਨ ਬੰਦੇ ਤੁਸੀਂ ਰੱਖੇ ਆ ਜਾਂ ਨਹੀਂ ਰੱਖੇ ਵੀ ਉਹਨਾਂ ਦੀ ਕੁਆਲੀਫਿਕੇਸ਼ਨ ਵੀ ਘੱਟ ਹੈ ਉਹਨਾਂ ਦਾ ਤਜਰਬਾ ਵੀ ਘੱਟ ਹੈ ਉਹਨਾਂ ਦਾ ਕੈਲੀਬਰ ਵੀ ਘੱਟ ਹੈ ਤੇ ਉਹਨਾਂ ਦਾ ਕਰੈਕਟਰ ਵੀ ਉਸ ਪੱਧਰ ਦਾ ਨਹੀਂ ਇਸ ਕਰਕੇ ਉਹ ਨਹੀਂ ਆਏ ਤਿੰਨ ਚੀਜ਼ਾਂ ਹੁੰਦੀਆਂ ਬੰਦੇ ਜਦੋਂ ਸਰਕਾਰੀ ਨੌਕਰੀ 'ਚ ਬੰਦਾ ਆਉਂਦਾ ਹੈ ਸਰਕਾਰ ਦੇ ਉੱਤੇ ਬੰਦਾ ਕੰਮ ਕਰਦਾ ਹੈ ਸਰਕਾਰ ਦੇ ਭਾਵੇਂ ਅਦਾਲਤ ਹੈ ਅਤੇ ਭਾਵੇਂ ਬਿਊਰੋਕਰੇਸੀ ਹੈ ਉਹਦੀ ਕੁਆਲੀਫਿਕੇਸ਼ਨ ਹੋਵੇ ਜਿਹਦੀ ਵੱਡੀ ਕੁਆਲੀਫਿਕੇਸ਼ਨ ਨੂੰ ਪਹਿਲੇ ਨੰਬਰ 'ਤੇ ਉਹਦਾ ਕਰੈਕਟਰ ਹੋਵੇ ਉਹਦਾ ਕੈਲੀਬਰ ਹੋਵੇ ਤਿੰਨਾਂ 'ਚੋਂ ਕੋਈ ਚੀਜ਼ ਘੱਟ ਤਾਂ ਦੱਸ ਦੇਣ ਮੰਨਿਆ ਜਾ ਸਕਦਾ ਵੀ ਆਹ ਤਿੰਨਾਂ 'ਚੋਂ ਆਹ ਭਾਈ ਇਹਦੇ 'ਚ ਦੂਜੇ ਜਿਹੜੇ ਚੁਣੇ ਉਹਨਾਂ ਨਾਲੋਂ ਘੱਟ ਹੈ ਫਿਰ ਵੀ ਇਹਨਾਂ ਨੂੰ ਨਹੀਂ ਚੁਣਿਆ ਇਹਦਾ ਮਤਲਬ ਕਿਤੇ ਨਾ ਕਿਤੇ ਦਿਮਾਗੀ ਤੌਰ 'ਤੇ ਫਿਰਕਾ ਪ੍ਰਸਤੀ ਦਾ ਜਿਹੜਾ ਬਿਮਾਰੀ ਹੈ ਦਿੱਲੀ ਵਿੱਚ ਹੈਗੀ ਸੱਤਾ 'ਚ ਹੈਗੀ ਦਰਬਾਰ ਦੇ ਵਿੱਚ ਹੈਗੀ ਇਹ 'ਚ ਕੋਈ ਦੌਰਾ ਸੁਪਰੀਮ ਕੋਰਟ ਦੇ ਹੈ ਆਪਾਂ ਤਾਂ ਮੈਂ ਤਾਂ ਆਪਣੇ ਆਪ ਦੇ ਵਿੱਚ ਕੁਛ ਵੀ ਨਹੀਂ ਮਿਲਿਆ ਜੋ ਅਖਬਾਰਾਂ 'ਚੋਂ ਪੜ੍ਹਿਆ ਅਤੇ ਸੁਣਿਆ ਟਿੱਪਣੀਆਂ ਵੇਖੀਆਂ ਮੀਡੀਆ ਦੇ ਵਿੱਚ ਅਤੇ ਉਹ ਇਹੀ ਕਹਿੰਦੇ ਆ ਵੀ ਜਿਹੜੀ ਇਹਨਾਂ ਦੀ ਨੀਅਤ ਆ ਉਹ ਠੀਕ ਨਹੀਂ ਹੈ ਅਤੇ ਤੁਸੀਂ ਅਖਬਾਰ ਡੇਲੀ ਪੜ੍ਹਦੇ ਹੋ ਰੋਜ਼ਾਨਾ ਅਜੀਤ ਟ੍ਰਿਬਿਊਨ ਇੰਡੀਅਨ ਐਕਸਪ੍ਰੈਸ ਪੰਜਾਬ ਦੀ ਸਿਆਸਤ ਤੁਹਾਨੂੰ ਕਿੱਥੇ ਲੱਗਦਾ ਕਿੱਥੇ ਜਾ ਰਹੀ ਆ ਪੰਜਾਬ ਦੀ ਸਿਆਸਤ ਪਿਛਲੇ ਦਿਨਾਂ 'ਚ ਤਾਂ ਕੁਛ ਰੌਲੀ ਹੋਰ ਪਈ ਨਹੀਂ ਤੇ ਉਹ ਇਸ ਤਰ੍ਹਾਂ ਹੀ ਪੰਜਾਬ ਦੀ ਸਿਆਸਤ ਆਪਣੇ ਆਪ 'ਚ ਕੁਛ ਵੀ ਨਹੀਂ ਕੁਛ ਵੀ ਨਹੀਂ ਇੰਨਾ ਹੋ ਇੰਨੀ ਵੱਡੀ ਚੋਣ ਦੀ ਗਿਣਤੀ ਹੋਣ ਦੇ ਬਾਵਜੂਦ ਐਡੀ ਤਕੜੀ ਸਟੇਬਲ ਸਰਕਾਰ ਦੇ ਹੋਣ ਦੇ ਬਾਵਜੂਦ ਇਹਦੀ ਸਿਆਸਤ 'ਚ ਮੈਨੂੰ ਨਹੀਂ ਲੱਗਦਾ ਵੀ ਕੋਈ ਦਾਵਾ ਹੈ ਕਿਉਂਕਿ ਇੱਥੇ ਫੈਸਲੇ ਕਿਤੋਂ ਹੋਰ ਹੋ ਰਹੇ ਹਨ ਇਹ ਪੱਕੀ ਗੱਲ ਹੈ ਜੇ ਕੋਈ ਕਹੇ ਨਹੀਂ ਜੀ ਨਹੀਂ ਅਸੀਂ ਤਾਂ ਫੈਸਲਾ ਚੰਡੀਗੜ੍ਹ ਤੋਂ ਹੀ ਕਰਦੇ ਹਾਂ ਬਿਲਕੁਲ ਝੂਠ ਹੈ ਚੰਡੀਗੜ੍ਹ ਦਾ ਫੈਸਲਾ ਕਿਤੋਂ ਹੋਰ ਹੁੰਦਾ ਹੈ ਅੱਜ ਤੱਕ ਇਹ ਤਾਂ ਚੰਡੀਗੜ੍ਹ ਨਹੀਂ ਆਪਦੇ ਲਈ ਲੈ ਸਕੇ ਫੈਸਲਾ ਕਿਤੋਂ ਕਰਵਾ ਲੈਣਗੇ ਠੀਕ ਹੈ ਨਾ ਪੰਜਾਬ ਹਰਿਆਣਾ ਬਣਨ ਤੋਂ ਬਾਅਦ ਚਾਰ ਰਾਜਾਂ 'ਚ ਹੋਰ ਨਵੇਂ ਸੂਬੇ ਬਣੇ ਉਹਨਾਂ ਦੀ ਰਾਜਧਾਨੀ ਬਣੀ ਕਿ ਨਹੀਂ ਉਹਨਾਂ ਨੂੰ ਆਪਣੇ ਆਪਣੇ ਇਲਾਕੇ ਮਿਲੇ ਕਿ ਨਹੀਂ ਅਤੇ ਪੰਜਾਬ ਦੀ ਰਾਜਧਾਨੀ ਕਿਉਂ ਨਹੀਂ ਬਣ ਸਕਦੀ ਪੰਜਾਬ ਦੀ ਧਰਤੀ 'ਤੇ ਬਣੀ ਹੋਵੇ ਬਾਂਗਰ ਕਾ ਡਾਂਗਰ ਪੁਆਧ ਕਾ ਆਊ ਤਾਂ ਪੁਆਧ ਦੀ ਧਰਤੀ 'ਤੇ ਬਣੀ ਹੋਵੇ ਅਤੇ ਰਾਜਧਾਨੀ ਕੋਲ ਨਾ ਹੋਵੇ ਠੀਕ ਹੈ ਨਾ ਇਸ ਕਰਕੇ ਰਾਜ ਚੰਡੀਗੜ੍ਹ ਦੇ ਕਿਹੜੇ ਫੈਸਲੇ ਨੇ ਸਾਡੇ ਲੁਧਿਆਣਾ ਸ਼ਹਿਰ ਹੈ ਸਾਰੇ ਸ਼ਹਿਰ ਤਾਂ ਸਭ ਤੋਂ ਪੜ੍ਹਿਆ ਨਾ ਪੜ੍ਹਿਆ ਲਿਖਿਆ ਤੇ ਜਿੰਨੇ ਇੱਥੋਂ ਚੁਣੇ ਆ ਤੇ ਰੱਬ ਹੀ ਰੱਖ ਹੈ ਕੋਈ ਕਿਰਦਾਰ ਨਹੀਂ ਮੈਂ ਇਹਦੇ ਵਿੱਚ ਹੀ ਰਹਿਣਾ ਕੋਈ ਕਿਰਦਾਰ ਨਹੀਂ ਕੋਈ ਕੈਲੀਬਰ ਨਹੀਂ ਕੋਈ ਕੁਆਲੀਫਿਕੇਸ਼ਨ ਨਹੀਂ ਚੁਣਤੇ ਲੋਕਾਂ ਨੇ ਵੋਟਾਂ ਪਾਪਾ ਵੱਟ ਕੱਢਤੇ ਇਹ ਤੁਹਾਡਾ ਏਰੀਆ ਕਿਹੜੇ ਚੋਂ ਦਾਗਾ ਇਹ ਇਹਨੂੰ ਲੁਧਿਆਣਾ ਵੈਸਟ ਵੱਜਦਾ ਹੈ ਇੱਥੇ ਗੋਗੀ ਜੀ ਨੇ ਮਿਲਣਾ ਹਾਂ ਗੁਰਪ੍ਰੀਤ ਸਿੰਘ ਗੋਗੀ ਹਾਂ ਇੱਥੇ ਪੜ੍ਹਿਆ ਲਿਖਿਆ ਬੰਦਾ ਖੜਾ ਕਰ ਦਿਓ ਹਾਰੂਆ ਇਹ ਇਲਾਕੇ 'ਚ ਪੜ੍ਹਿਆ ਲਿਖਿਆ ਬੰਦਾ ਖੜਾ ਕਰ ਦਿਓ ਵਿਦਵਾਨ ਬੰਦਾ ਖੜਾ ਕਰ ਦਿਓ ਕਰੈਕਟਰ ਵਾਲਾ ਬੰਦਾ ਖੜਾ ਕਰ ਦਿਓ ਹਾਰੂਆ ਜਿਹੜਾ ਚੋਰ ਠੱਗ ਬਦਕਾਰ ਅਨਪੜ੍ਹ ਬੰਦਾ ਲੋਕਾਂ ਦੀਆਂ ਜਾਇਦਾਦਾਂ ਦੇ ਕਬਜ਼ੇ ਕਰਨ ਵਾਲਾ ਬੰਦਾ ਇੱਥੇ ਜਿੱਤੀ ਹੋਇਆ ਇਹ ਤਾਂ ਬਹੁਤ ਪੋਸ਼ ਏਰੀਆ ਪੜ੍ਹੇ ਲਿਖੇ ਹਾਂ ਪੜ੍ਹੇ ਲਿਖੇ ਬਹੁਤ ਹੈ ਕਿਉਂਕਿ ਇਹ ਹੈ ਨਾ ਵੀ ਇੱਥੇ ਜਿਹੜੇ ਪੜ੍ਹੇ ਲਿਖੇ ਆ ਉਹ ਸ਼ੀਸ਼ਾ ਮੂਹਰੇ ਆਪਣੀਆਂ ਪੱਗਾਂ ਸਵਾਰਦੇ ਰਹਿੰਦੇ ਨੇ ਚਿਹਰੇ ਸਾਫ਼ ਕਰਦੇ ਰਹਿੰਦੇ ਨੇ ਇੱਥੇ ਵੋਟਾਂ 35% ਪਾਉਂਦੇ ਨੇ ਇਹ ਪੜ੍ਹੇ ਲਿਖੇ ਏਰੀਆ ਇਹਦੇ ਵਿੱਚ ਕੋਈ ਸਲੰਮ ਨੇ ਜਿਹੜੇ ਸਰਕਾਰਾਂ ਨੇ ਖੁਦ ਪੈਦਾ ਕੀਤੇ ਆ ਉੱਥੇ ਵੋਟਾਂ 85% ਪੈਂਦੀਆਂ ਸਲੰਮ ਜਿਹੜੇ ਪਾਸੇ ਢੁੱਕ ਜੇ ਸਰਕਾਰ ਉਹਦੀ ਬਣ ਜਾਂਦੀ ਹੈ ਪੜ੍ਹੇ ਲਿਖੇ ਬੰਦੇ ਨਾਲ ਤਾਂ ਸਰਕਾਰ ਦਾ ਮਤਲਬ ਕੋਈ ਨਹੀਂ ਸਲੰਮ ਨਾਲ ਹੈ ਵੋਟ ਸਲੰਮ ਦੀ ਹੋਣੀ ਚਾਹੀਦੀ ਹੈ ਪਲੰਮ ਦੀ ਨਹੀਂ ਮੈਂ ਕਹਿੰਦਾ ਵੀ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਇਜ਼ ਅ ਫਾਰਮ ਆਫ ਗੌਰਮੈਂਟ ਇਲੈਕਟਿਡ ਬਾਈ ਦਾ ਪਲੰਮ ਅਤੇ ਰੂਲਡ ਬਾਈ ਦਾ ਨਾ ਇਲੈਕਟਿਡ ਬਾਈ ਦਾ ਸਲੰਮ ਰੂਲਡ ਬਾਈ ਦਾ ਪਲੰਮ ਸਲੰਮਾਂ ਦੇ ਵਿੱਚੋਂ ਚੁਣੀ ਜਾਂਦੀ ਹੈ ਅਤੇ ਪਲੰਮ ਆ ਜਿਹੜੇ ਰਾਜ ਕਰਦੇ ਨੇ ਜਿਹੜੇ ਪਲੰਮ ਕਹਿੰਦੇ ਰਾਜ ਸੱਤਾ ਦੇ ਲੁਟੇਰੇ
ਜਿਨ੍ਹਾਂ ਨੇ ਲੋਕਾਂ ਦਾ ਕਦੇ ਭਲਾ ਨਹੀਂ ਕਰਨਾ ਸਰੇ ਜਿਹੜੇ ਸਿਰਫ ਕਲੱਬਾਂ ਤੇ ਪੱਬਾਂ ਚ ਨੱਚਣ ਵਾਲੇ ਲੋਕ ਨੇ ਤੇ ਲੋਕਾਂ ਨੂੰ ਕਹਿੰਦੇ ਇਹਨਾਂ ਨੂੰ ਕੀ ਅਕਲ ਹੈ ਇਹ ਔਰ ਜਿੰਨੀਆਂ ਪਾਰਟੀਆਂ ਦੇ ਨੇਤਾ ਨੇ ਭਾਵੇਂ ਕਿਸੇ ਵੀ ਪਾਰਟੀ ਦੇ ਸਾਰੇ ਆਪਸ ਜੀ ਇਕੱਠੇ ਨੇ ਬੀਜੇਪੀ ਅਕਾਲੀ ਦਲ ਕਾਂਗਰਸ ਆਪ ਹੋਰ ਵੀ ਨਿੱਕੇ ਮੋਟੇ ਜਿੰਨੇ ਦਲ ਨੇ ਅਕਾਲੀ ਦਲ ਵੀ ਕਿੰਨੇ ਪ੍ਰਕਾਰ ਦੇ ਨੇ ਸਾਰੇ ਇਕੱਠੇ ਨੇ ਇਹਨਾਂ ਨੂੰ ਦੋਈਏ ਤੇ ਬਣਾਈਏ ਸਾਰੇ ਇਕੱਠੇ ਲੰਡਾ ਚੜਾ ਪਹਾੜਾਂ ਦਾ ਸਾਥੀ ਆਪਾਂ ਤਾਂ ਆਪ ਲੰਡੇ ਚੜੇ ਆ ਆਪਾਂ ਇਹਨੂੰ ਤੇ ਕੋਈ ਡਰ ਹੈ ਹਾਂ ਪਰ ਮੈਂ ਨਫ਼ਰਤ ਨੀ ਫੈਲਾਉਂਦਾ ਮੈਂ ਤਾਂ ਕਰਤੂਤਾਂ ਦੱਸਦਾ ਜੇ ਕੋਈ ਸਾਨੂੰ ਕਹੇ ਗਰੀਬ ਦੇ ਪ੍ਰਤੀ ਪੂਰੀ ਹਮਦਰਦੀ ਲੁਟੇਰੇ ਨੂੰ ਲੁਟੇਰਾ ਕਹੀ ਜਾਣਾ ਫਿਰਕਾ ਪ੍ਰਸਤ ਨੂੰ ਫਿਰਕਾ ਪ੍ਰਸਤ ਕਹੀ ਜਾਣਾ ਦੰਗੇਬਾਜ਼ ਨੂੰ ਦੰਗੇਬਾਜ਼ ਕਹੀ ਜਾਣਾ ਊਚ ਨੀਚ ਨੂੰ ਮੰਨਣ ਵਾਲੇ ਬੰਦੇ ਨੂੰ ਮਾੜਾ ਕਹੀ ਜਾਣਾ ਭਾਈਚਾਰੇ ਵਾਲੇ ਨੂੰ ਕਿਰਤੀ ਬੰਦੇ ਨੂੰ ਰੱਬ ਦਾ ਖੌਫ ਖਾਣ ਵਾਲੇ ਬੰਦੇ ਨੂੰ ਇਨਸਾਨੀਅਤ ਰੱਖਣ ਵਾਲੇ ਬੰਦੇ ਦੇ ਨਾਲ ਖੜਦੇ ਆ ਨਹੀਂ ਕਦੇ ਕਦੇ ਕਹਿੰਦੇ ਵੀ ਗਿੱਲ ਸਾਹਿਬ ਤੁਸੀਂ ਥੋੜਾ ਜਿਹਾ ਜ਼ਿਆਦਾ ਲਲਕਰਾ ਮਾਰ ਜਾਂਦੇ ਹੋ ਮੈਂ ਯਾਰ ਲਲਕਰਾ ਤਾਂ ਅੱਧਾ ਹੀ ਮਾਰਦਾ ਲਲਕਰਾ ਤਾਂ ਵੱਡਾ ਚਾਹੀਦਾ ਜਿੰਨਾ ਕੁਛ ਆਪਾਂ ਕਰਦੇ ਹਾਂ ਉਹਦੇ ਵਾਸਤੇ ਲਲਕਰੇ ਤੋਂ ਵੱਧ ਚਾਹੀਦਾ ਮੈਂ ਉਹ ਤਾਂ ਮੈਂ ਉਹਦੇ ਦਿਮਾਗ ਦੀ ਕੱਢ ਚ ਹੀ ਫਿਰਦਾ ਤੁਹਾਨੂੰ ਤਾਂ ਫੜ ਕੇ ਢਾ ਲੈਣਾ ਚਾਹੀਦਾ ਮੈਂ ਪੋਲੀਟੀਕਲ ਬੰਦੇ ਜਾਂ ਉਹਨਾਂ ਦਾ ਕੋਈ ਨਾ ਕੋਈ ਸਾਥੀ ਨੇੜੇ ਦਾ ਬੰਦਾ ਹਾਂ ਮਰਕਾਰ ਸਿੰਘ ਬੜਾ ਤਵਾ ਲਾਇਆ ਬਾਈ ਇਹਦਾ ਮਤਲਬ ਤਵਾ ਲਾਉਣ ਦਾ ਮਤਲਬ ਇਹੀ ਹੁੰਦਾ ਨਾ ਮੈਂ ਨਹੀਂ ਭਾਈ ਮੈਂ ਕਿਸੇ ਦਾ ਤਵਾ ਨਹੀਂ ਲਾਉਂਦਾ ਤੇ ਨਾ ਮੈਂ ਕਿਸੇ ਦੀ ਤਵੀ ਲਾਉਣਾ ਮੈਂ ਤਾਂ ਜਿਹੜੀ ਸੱਚੀ ਗੱਲ ਉਹੀ ਦੱਸਦਾ ਤੁਸੀਂ ਕਦੇ ਜ਼ਿੰਦਗੀ ਸੱਚ ਬੋਲ ਕੇ ਦਿਖਾਓ ਮੈਂ ਦੱਸ ਦਿਓ ਮੈਂ ਤੁਸੀਂ ਕਦੇ ਵੋਟਾਂ ਸੱਚ ਬੋਲੇ ਹੋ ਵੋਟਾਂ ਜਿੱਤਣ ਤੋਂ ਬਾਅਦ ਕਦੇ ਸੱਚ ਬੋਲੇ ਹੋ ਕੋਈ ਕੰਮ ਸੱਚ ਦਾ ਕੀਤਾ ਲੁੱਟ ਪਾਈ ਹੈ ਨਾ ਕਬਜ਼ੇ ਜ਼ਮੀਨਾਂ ਤੇ ਵੱਡੇ ਵਪਾਰ ਦਲਾਲੀਆਂ ਕਾਰਪੋਰੇਟ ਸੈਕਟਰ ਦੇ ਕਹਿੰਦਾ ਤੁਸੀਂ ਪੈਸਿਆਂ ਤੇ ਪੜਨ ਵਾਲੇ ਲੋਕ ਹੋ ਇਹ ਸੱਚੀ ਗੱਲ ਹੈ ਆਪਾਂ ਕੋਈ ਗਾਲ ਤਾਂ ਨਹੀਂ ਦਿੰਦੇ ਇਹ ਸਾਹਮਣੇ ਦੀ ਸੱਚਾਈ ਹੈ ਆਰਥਿਕ ਸੱਚਾਈ ਹੈ ਤੇ ਰਾਜਨੀਤੀ ਦੀ ਸੱਚਾਈ ਹੈ ਕਦੋਂ ਤੁਹਾਡੇ ਮਿਲਣਾ ਹੋਇਆ ਵੱਡੀਆਂ ਕੁਰਸੀਆਂ ਵਾਲਿਆਂ ਨਾਲ ਆਮ ਹੋ ਜਾਂਦਾ ਕੋਈ ਗੱਲ ਕਿਸੇ ਮੁੱਖ ਮੰਤਰੀ ਨਾਲ ਮੁੱਖ ਮੰਤਰੀ ਨਾਲ ਵੀ ਹੋ ਜਾਂਦਾ ਸੀ ਹਾਂ ਕੋਈ ਜੇਕਰ ਜਾਂ ਕੋਈ ਗੱਲ ਮਤਲਬ ਕਿ ਜਿਹੜਾ ਬਾਦਲ ਸੀਗਾ ਉਹ ਬੋਲ ਬਾਣੀ ਦਾ ਬੜਾ ਸ਼ਲੀਨ ਬੰਦਾ ਸੀ ਹਾਂ ਉਹ ਕੋਈ ਗੱਲ ਕਰਨੀ ਗੁੱਸੇ ਵਾਲੀ ਤਾਂ ਹੱਸ ਕੇ ਹੁਣ ਉਹ ਆਪਾਂ ਥੋੜ੍ਹਾ ਜਿਹਾ ਆਪਾਂ ਥੋੜ੍ਹਾ ਜਿਹਾ ਇਸ ਗੱਲ ਤੋਂ ਬਚਣਾ ਚਾਹੀਦਾ ਇੰਨੇ ਕਹਿੰਦਾ ਹੋਰ ਨਹੀਂ ਉਹ ਉਹਦੀ ਕਿਸਮਤਾ ਸੀ ਵੀ ਉਹ ਕਦੇ ਉੱਚਾ ਨਹੀਂ ਬੋਲਦਾ ਸੀ ਵਿਰੋਧੀ ਦੇ ਬਰਖਲਾ ਵੀ ਉੱਚਾ ਨਹੀਂ ਬੋਲਦਾ ਸੀ ਨਲਕਰਾ ਨਹੀਂ ਮਾਰਦਾ ਸੀ ਖੜ ਕੇ ਹੁਣ ਮੈਂ ਆ ਗਿਆ ਮੈਂ ਬਾਦਲ ਆ ਗਿਆ ਉਹ ਕਹਿੰਦੇ ਨਹੀਂ ਭਾਈ ਪਤਾ ਨਹੀਂ ਆਪਣੇ 'ਚ ਕਿੰਨੇ ਕੁ ਔਗੁਣ ਵੈਸੇ ਤਾਂ ਸਾਰੇ ਔਗੁਣ ਹਾਰੇ ਆ ਆਪਣਾ ਪਤਾ ਨਹੀਂ ਕਿੰਨੇ ਕਿੰਨੇ ਨਿੱਕੇ ਤੋਂ ਨਿੱਕੇ ਮੁਲਾਜ਼ਮ ਨੂੰ ਬੜੇ ਸਤਿਕਾਰ ਨਾਲ ਬੁਲਾਉਂਦਾ ਸੀ ਪਟਵਾਰੀ ਦੀ ਕੀ ਕਹਾ ਦਿੰਦੇ ਉਹਨੂੰ ਵੀ ਸਤਿਕਾਰ ਨਾਲ ਬੁਲਾ ਲੈਂਦਾ ਸੀ ਉਹ ਕਾਕਾ ਭਾਈ ਆਪਾਂ ਕਦੇ ਨਾ ਕਦੇ ਕੰਮ ਕਰ ਲਿਆ ਕਰੋ ਕਹਿਣ ਦਾ ਮਤਲਬ ਹੈ ਕਿ ਆਪਾਂ ਕੰਮ ਨਹੀਂ ਕਰਦੇ ਪਟਵਾਰੀ ਦੀ ਕੋਈ ਸ਼ਿਕਾਇਤ ਲੈ ਕੇ ਆ ਗਿਆ ਦਰਬਾਰ ਲੱਗਿਆ ਹੋਇਆ ਵੀ ਮਹਾਰਾਜਾ ਪਟਵਾਰੀ ਆ ਮੇਰਾ ਕੰਮ ਨਹੀਂ ਕਰਦਾ ਹੈਂ ਡੀ ਸੀ ਸੀ ਪਟਵਾਰੀ ਸੀ ਤਹਿਸੀਲਦਾਰ ਸੀ ਸਾਰੇ ਸੀਗੇ ਉਹਦਾ ਕਾਕਾ ਥੋੜ੍ਹਾ ਜਿਹਾ ਕੰਮ ਕਰ ਲਿਆ ਕਰੋ ਤੁਹਾਨੂੰ ਪਤਾ ਤਾਂ ਲੋਕੀ ਚਾਰੇ ਆਪਣੇ ਤੋਂ ਬਾਹਲੇ ਤੰਗ ਹੈ ਸਿਆਣੇ ਬਣੀ ਦਾ ਹੁੰਦਾ ਇਹਦਾ ਮਤਲਬ ਵੀ ਆਪਾਂ ਕੰਮ ਨਹੀਂ ਕਰਦੇ ਲੋਕੀ ਤੰਗ ਰਹਿੰਦੇ ਆ ਤੇ ਫਿਰ ਕਿਹਾ ਤਾਂ ਕੁਛ ਨਹੀਂ ਨਾਲੇ ਗੱਲ ਵੀ ਸੁਣਾ ਹਾਂ ਨਹੀਂ ਤਾਂ ਇਸ਼ਾਰਾ ਹੀ ਕਰਨਾ ਸੀ ਡੀਸੀ ਨੂੰ ਡਿਸਮਿਸ ਕਰਕੇ ਘਰੇ ਮਾਰੋ ਫਿਰ ਰੱਬ ਥੋੜਾ ਭਲਾ ਕਰੇ ਨੌਕਰੀ ਦੇ ਦਰਮਿਆਨ ਫਿਰ ਦਰਬਾਰਾ ਸੋ ਵੇਖਿਆ ਫਿਰ ਬਰਨਾਲ ਸੁਰਜੀਤ ਸਿੰਘ ਬਰਨਾਲਾ ਵੇਖਿਆ ਫਿਰ ਬੇਅੰਤ ਸਿੰਘ ਵੇਖਿਆ ਫਿਰ ਰੱਬ ਤੁਹਾਡਾ ਭਲਾ ਕਰੇ ਫਿਰ ਰਜਿੰਦਰ ਬਰਾੜ ਤੇ ਰਜਿੰਦਰ ਕੌਰ ਪੱਠਲ ਵੇਖੀ ਫਿਰ ਬਾਦਲ ਸਾਹਿਬ ਆ ਗਏ ਫਿਰ ਉਹ ਆਪਣਾ ਕੈਪਟਨ ਸਾਹਿਬ ਆ ਗਏ ਫਿਰ ਬਾਦਲ ਸਾਹਿਬ ਆ ਗਏ ਫਿਰ ਕੈਪਟਨ ਸਾਹਿਬ ਆ ਗਏ ਹਾਂਜੀ ਤੇ ਇੰਨੇ ਸਾਫ਼ ਹੀ ਸਾਫ਼ ਸੀਗੇ ਸਾਰੇ ਉਹਨਾਂ ਦੇ ਵਿੱਚ ਬੀਬੀ ਪੱਠਲ ਵੀ ਆ ਗਈ ਸੀਗੀ ਥੋੜਾ ਜਿਹਾ ਚਾਰ ਕੁ ਮਹੀਨਿਆਂ ਵਾਸਤੇ ਹਰਚਰਨ ਸਿੰਘ ਬਰਾੜ ਵੀ ਸਾਲ ਭਰ ਲਈ ਸੀਗਾ ਤੇ ਇਹ ਵੇਖੇ ਸੀ ਸਾਰਿਆਂ ਚੋਂ ਤੁਹਾਨੂੰ ਮਤਲਬ ਬਾਦਲ ਸਾਹਿਬ ਠੀਕ ਲੱਗੇ ਉਸ ਵਕਤ ਬਾਦਲ ਠੀਕ ਸੀ ਉਸ ਵਕਤ ਮਤਲਬ ਕਦੋਂ ਮਤਲਬ ਵੀ ਉਸ ਦੇ ਹਾਲਾਤਾਂ ਦੇ ਅਨੁਸਾਰ ਵੀ ਇਹ ਪਹਿਲਾਂ ਦੀ ਗੱਲ ਆ ਜਦੋਂ 17 ਚ ਸੀਗੇ ਪਹਿਲੀ ਵਾਰ ਬਣਿਆ ਪਹਿਲੀ ਵਾਰ ਬਣਿਆ ਉਹ ਦੱਸ
अंबेडकर नूं वी मनना पिया वी जे संविधान की वरतों इन्नी बुरी तरह करनी है तो संविधान लिखने जी कुछ धारावं पाइया गलत ढंग पै गई ये नहीं पता भी इन्नी दुरवरतों भी करनी उदों हो नहीं चाहते सी वो सिर्फ राज साडे रहे तो जो हिंदुस्तान दे राज पांच सत्त साल स्टेबल हो जाए दिल्ली के बंदे बन फिर लुटन कुटन से आता उन्होंने होर कोई अयाशी बदमाशी लुटन से कुटना भारत नाल कोई संबंध नहीं रह जाता जो कुछ करना कर लो ए भी नाल है देखो हैरान मनोगे एक वक्त है आया कि कांग्रेस पार्टी के किसी बंदे ने दबका मारता जी पर अमरिंदर सिंह मुख्यमंत्री सी वो दा डोंट वरी सरकार दा काम करो अपन नु रेवेन्यू चाहिए किसी तो डरन दी लोड़ नहीं कहता उहदे कोल गल पहुंच गई बंदा अफसर बड़ा स्याणा सी उहदे कोल उहने दस्सिया जी जिहड़ी इह गल है बिल्कुल गलत है इह साडा जिहड़ा अफसर इह काम कर ही नहीं सकदा जिहड़ा इह दोष लाया है वी अनपढ़ जिहा लगदा बंदा चादरा जमा अनपढ़ जिहा लगदा चिंता ना करो काम करना तकड़े होके करो हां अपन लोगों बिना गल तो हरास नहीं करना लोगों लगे भी साडे गल ठीक है और रेवेन्यू सरकार नूं लोड़ है ਜੇ ਆਪਣੇ ਕੋਲ ਰੈਵਨਿਊ ਨਾ ਆਊ ਤੇ ਫਿਰ ਆਪਾਂ ਖਰਚਾਂਗੇ ਕਿੱਥੇ ਅੱਛਾ ਸ਼ਾਹੂਕਾਰ ਤੁਹਾਨੂੰ ਇਹ ਵੀ ਕਹਿੰਦੇ ਸੀ ਵੀ ਅਨਪੜ੍ਹ ਜੇ ਲੱਗਦੇ ਆ ਅੰਕ ਅਕਸਰ ਬਾਇਆ ਬਠਿੰਡਾ ਤੁਸੀਂ ਤਾਂ ਜੀ ਬਿਲਕੁਲ ਬਾਇਆ ਬਠਿੰਡਾ ਹਾਂ ਤੁਸੀਂ ਤਾਂ ਜੀ ਬਿਲਕੁਲ ਤਾਂ ਲਾਹੌਰ ਬਹੁਤ ਚੱਲਦੀ ਆ ਚੱਲਦੀ ਹੈ ਨਾ ਹਾਂ ਇੱਥੇ ਵੀ ਲੁਧਿਆਣੇ ਸ਼ਹਿਰ 'ਚ ਵੀ ਜਦੋਂ ਮੈਂ ਤੁਰਦਾ ਹਾਂ ਇਕੱਲੇ ਤੁਰਦਾ ਹੁਣ ਤਾਂ ਚਲੋ ਮੈਂ ਥੋੜ੍ਹਾ ਜਿਹਾ ਤਕੜਾ ਹੋ ਗਿਆ ਅੱਗੇ ਨਾਲੋਂ ਅਤੇ ਕਿਉਂਕਿ ਜੈ ਲਲਤਾ ਨੇ ਕਾਨੂੰਨ ਬਣਾਤਾ ਪੰਜਾਬ ਆਪਣੇ ਆਪਦੇ ਕਲਚਰ 'ਤੇ ਭੇਸ ਦੇ ਉੱਤੇ ਭਾਸ਼ਾ ਦੇ ਉੱਤੇ ਅਤੇ ਉਹਦੇ ਨਾਲ ਮੈਨੂੰ ਕਾਫ਼ੀ ਕਾਨੂੰਨੀ ਮਤਲਬ ਮਾਧਿਅਮ ਮਿਲ ਗਈ ਪਹਿਲਾਂ ਤਾਂ ਮੈਂ ਇਕੱਲਾ ਹੀ ਲੜਦਾ ਸੀ ਆਪਣੇ ਆਪ 'ਚ ਅਤੇ ਉਹਨੇ ਕਾਨੂੰਨ ਬਣਾਇਆ ਵੀ ਕੋਈ ਵੀ ਬੰਦਾ ਜਿਹਦੇ ਧੋਤੀ ਲੂੰਗੀ ਵੇਸਟੀ ਜਾਂ ਹਿੰਦੁਸਤਾਨ ਦੇ ਕਿਸੇ ਵੀ ਰਾਜ ਦਾ ਸੱਭਿਆਚਾਰਕ ਭੇਸ ਪਾਇਆ ਹੋਵੇ ਜੇ ਉਹਨੂੰ ਕਿਸੇ ਕਲੱਬ 'ਚੋਂ ਕਿਸੇ ਪੱਬ 'ਚੋਂ ਕਿਸੇ ਹਾਲ 'ਚੋਂ ਕਿਸੇ ਮਾਲ 'ਚੋਂ ਕਿਸੇ ਥੀਏਟਰ 'ਚੋਂ ਕਿਸੇ ਸਟੇਡੀਅਮ 'ਚੋਂ ਜਾਂ ਪਬਲਿਕ ਪਲੇਸ ਤੇ ਰੋਕਿਆ ਜਾਂ ਟੋਕਿਆ ਉਹਨੂੰ ਇੱਕ ਸਾਲ ਦੀ ਕੈਦ ਤੇ 10,000 ਰੁਪਏ ਜੁਰਮਾਨਾ ਕਾਨੂੰਨ ਹੀ ਬਣਾਤਾ ਉਹਦੀ ਮਾਂ ਦੀ ਧੀ ਨੇ ਕਿਆ ਬਾਤ ਹੈ ਮੈਂ ਉਹਦੇ ਕੋਲ ਕਾਨੂੰਨ ਕਢਾ ਕੇ ਆਪਦੇ ਕੋਲ ਰੱਖ ਲਿਆ ਫਿਰ ਮੈਂ ਇਹਨਾਂ ਨੂੰ ਕਹਿ ਦੇਣਾ ਟੋਕ ਨਾ ਬੈਠੋ 10,000 ਰੁਪਏ ਜੁਰਮਾਨਾ ਹੁੰਦਾ ਲੱਖ ਇੱਕ ਸਾਲ ਦੀ ਕੈਦ ਹੋਣੀ ਹੈ ਪਤਲੂਨ ਵਾਲੇ ਤੋਂ ਕੈਦ ਕੱਟੀ ਨਹੀਂ ਜਾਣੀ ਫਿੱਟੇਗੇ ਕਾਫ਼ੀ ਟਿੱਗੇ ਨਹੀਂ ਤਾਂ ਤਕਰੀਬਨ ਬੰਦੇ ਦੀ ਬੇਇੱਜ਼ਤੀ ਕਰਨਾ ਇਹਨਾਂ ਦਾ ਮਤਲਬ ਅਵਾਰਾ ਕੁੱਤਾ ਹੋਵੇ ਔਰ ਬਿਊਰੋਕਰੇਸੀ ਹੋਵੇ ਅਵਾਰਾ ਕੁੱਤੇ ਨੂੰ ਅਧਿਕਾਰ ਹੈ ਜਦੋਂ ਮਰਜ਼ੀ ਮੇਰੇ ਖੁੱਚਾਂ 'ਚ ਮੂੰਹ ਪਾ ਲਏ ਅਤੇ ਬਿਊਰੋਕਰੇਸੀ ਨੂੰ ਅਧਿਕਾਰ ਹੈ ਜਦੋਂ ਮਰਜ਼ੀ ਮੈਨੂੰ ਬਾਇਆ ਬਠਿੰਡਾ ਕਹਿ ਕੇ ਬੇਇੱਜ਼ਤੀ ਕਰ ਦੇ ਹੁਣ ਉਹ ਟਿਕੇ ਹੈ ਹੁਣ ਟਿਕੇ ਹੁਣ ਥੋੜ੍ਹਾ ਜਿਹਾ ਮੈਂ ਭਾਰੂ ਹੋ ਰਿਹਾ ਭਾਰੂ ਨਾ ਕਿਉਂਕਿ ਮੈਂ ਨਾਲ ਦਿਖਾ ਦੇਣਾ ਵੀ ਆਹ ਵੇਖ ਲਓ ਭਾਈ ਕਾਨੂੰਨ ਹੈ ਤੁਸੀਂ ਨਾ ਪੜ੍ਹਿਆ ਨਾ ਤੁਸੀਂ ਪੜ੍ਹਨਾ ਅਤੇ ਨਾ ਇਹੋ ਜਿਹਾ ਤੁਸੀਂ ਪੰਜਾਬ ਦੇ ਵਿੱਚ ਐਸਾ ਕਾਨੂੰਨ ਬਣਾ ਸਕਦੇ ਹੋ ਜੇ ਤੁਸੀਂ ਕਹੋ ਤਾਂ ਮੈਂ ਉਸ ਕਾਨੂੰਨ ਦੀ ਕਾਪੀ ਤੁਹਾਨੂੰ ਦੇ ਸਕਦਾ ਵੀ ਆਹ ਕਾਨੂੰਨ ਦੀ ਕਾਪੀ ਪੰਜਾਬ ਵਾਲੇ ਮਤਲਬ ਹੀ ਨੀ ਨਾ ਦਾੜੀ ਵਾਲੇ ਦਾ ਜਵਾਬ ਹੈ ਨਾ ਸਾੜੀ ਵਾਲੇ ਦਾ ਜਵਾਬ ਹੈ
ਅੱਛਾ ਜੀ ਸਾਰੇ ਡਰਪੋਕ ਫੌਜਾਂ ਹੈ ਇਹ ਅੰਗਰੇਜ਼ ਦੇ ਇਹ ਮਤਲਬ ਨਾ ਇਹ ਪੈਰਾਂ ਦੀ ਨਾ ਇਹ ਮੈਲ ਨੇ ਇਹ ਹੋਰ ਕੁਛ ਨਹੀਂ ਬਹੁਤ ਕਿਤਾ ਤਾਂ ਹੈ ਹੀ ਨਹੀਂ ਇਹ ਠੀਕ ਆ ਗਰੀਬਾਂ ਨੂੰ ਲੱਕੜੇ ਮਾਰੀ ਜਾਂਦੇ ਵੀ ਅਸੀਂ ਸੂਰਮੇ ਹੁੰਦੇ ਹਾਂ ਅਸੀਂ ਬਹਾਦਰ ਹੁੰਦੇ ਹਾਂ ਅਸੀਂ ਬੜੇ ਸਿਆਣੇ ਹੁੰਦੇ ਹਾਂ ਹੈਂ ਜਿਹੜਾ ਪੰਜਾਬ ਦਾ ਸਾਰਾ ਸਰਦਾਰ ਉਹ ਆਪਣੇ ਆਪ ਨੂੰ ਬਹਾਦਰ ਕਹਿੰਦਾ ਅਤੇ ਜਿਹੜਾ ਪੰਜਾਬ ਦਾ ਹਿੰਦੂ ਜੈਂਟਲਮੈਨ ਉਹ ਆਪਣੇ ਆਪ ਨੂੰ ਸਿਆਣਾ ਬਹੁਤ ਕਹਿੰਦਾ ਅਤੇ ਮੈਂ ਦੋਨਾਂ ਦੇ 'ਤੇ ਸ਼ੱਕ ਕਰਦਾ ਵੀ ਬਹਾਦਰ ਇੰਨਾ ਬਹਾਦਰ ਨਹੀਂ ਸਿਆਣਾ ਇੰਨਾ ਸਿਆਣਾ ਨਹੀਂ ਕਿਤੇ ਨਾ ਕਿਤੇ ਨੁਕਸ ਜ਼ਰੂਰ ਹੈ ਜੋ ਸਿਆਣੇ ਹੋਣ ਅਤੇ ਇੰਨੇ ਬਹਾਦਰ ਹੋਣ ਪੰਜਾਬ ਦਾ ਹਾਲ ਹੋਣਾ ਕਿਤੇ ਨਾ ਕਿਤੇ ਨੁਕਸ ਹੈਗਾ ਨਾ ਰਾਜ ਕਰਦਾ ਸ਼੍ਰੇਣੀ 'ਚ अडंबर ने पुठे पासी तुरना होंदा उन्हें पूजा प्रदान करनी है पूजा प्रदान करके सिर्फ मत्थे ही टिकाउणा होंदा कदे नहीं चाहुंदा कि तुहानूं धार्मिक चेतना आवे ਸਪਿਰਚੁਅਲ ਚੇਤਨਾ ਆਵੇ ਉਹ ਕਹਿੰਦਾ ਰਿਚੁਅਲ ਮੰਨੋ ਕਰਮ ਕਾਂਡ ਮੰਨੋ ਮਤਲਬ ਮੁਕਤੀ ਹੋ ਜਾਊ ਹਰੇਕ ਧਰਮ ਦਾ ਇਹ ਭਾਵੇਂ ਤੁਸੀਂ ਈਸਾਈਅਤ ਚ ਵਗ ਜਾਓ ਭਾਵੇਂ ਹਿੰਦੂ ਵਗ ਜਾਓ ਭਾਵੇਂ ਸਿੱਖ ਵਗ ਜਾਓ ਭਾਵੇਂ ਬੋਧੀ ਵਗ ਜਾਓ ਭਾਵੇਂ ਜੈਨੀ ਵਗ ਜਾਓ ਭਾਵੇਂ ਇਸਲਾਮ ਚ ਆ ਜਾਓ ਭਾਵੇਂ ਪਾਰਸੀ ਆ ਜਾਓ ਉਹ ਕਹਿੰਦੇ ਰਿਚੁਅਲਿਜ਼ਮ ਕਿਉਂਕਿ ਤੁਹਾਡੀ ਜਿਹੜਾ ਫੈਸਲਾ ਹੈ ਪੁਜਾਰੀ ਕਰਦਾ ਧਰਮ ਦਾ ਤੇ ਪੁਜਾਰੀ ਤਾਂ ਸਿਰਫ ਫਿਰ ਕਰਮ ਕਾਂਡ ਹੀ ਹੋ ਸਕਦਾ ਠੀਕ ਹੈ ਨਾ ਤੇ ਰੂਹਾਨੀਅਤ ਦਾ ਬੰਦਾ ਬਾਬਾ ਨਾਨਕ ਹੋ ਸਕਦਾ ਜਾਂ ਗੁਰੂ ਅਰਜਨ ਦੇਵ ਹੋ ਸਕਦਾ ਜਾਂ ਗੁਰੂ ਗੋਬਿੰਦ ਸਿੰਘ ਰੂਹਾਨੀ ਤਾਂ ਹੀ ਹੈ ਨਾ ਜੀ ਉਹ ਕਰਮਕਾਂਡੀ ਥੋੜ੍ਹਾ ਹੋ ਸਕਦੇ ਆ ਕਰਮਕਾਂਡ ਦੇ ਤਾਂ ਬਾਬੇ ਦੀ ਛਤਰ ਮਾਰਦੇ ਸੀ ਕਾਜੀ ਕੂੜ ਬੋਲ ਮਲ ਖਾਏ ਬਾਹਮਣ ਨਹਾਵੇ ਜੀਆ ਘਾਏ ਜੋਗੀ ਜੁਗਤ ਨਾ ਜਾਣੇ ਜਾਂਦੇ ਤਿੰਨੇ ਉਹ ਜਾੜੇ ਕਬੰਦ ਬਾਬਾ ਹੀ ਮਾਰਦਾ ਛਤਰ ਹੈਂ ਭਾਵਾਂ ਬਾਬਾ ਰਵਿਦਾਸ ਹੈ ਉਹ ਪੰਡਿਆ ਮੋਕੋ ਢੇਡ ਕਹਿਤਾ ਕਹਿੰਦਾ ਨਾ ਪੰਜਾਬੀ 'ਚ ਕਹਿਣਾ ਗਿਆ ਉਹ ਪੰਡਤਾ ਤੂੰ ਮੈਨੂੰ ਢੇਡ ਕਿਵੇਂ ਕਹਿਤਾ ਪੰਜਾਬੀ ਦੀ ਇਹੀ ਬਣਦੀ ਹੈ ਨਾ ਪੰਡਿਆ ਮੋਕੋ ਢੇਡ ਕਹਿਤਾ ਇਹ ਉਹੀ ਕਰ ਸਕਦੇ ਸੀ ਕਰਮਕਾਂਡੀ ਬੰਦੇ ਨਹੀਂ ਕਰ ਸਕਦੇ ਐਂ ਕਬੀਰ ਵਰਗੀ ਕਹਿ ਸਕਦੇ ਸੀ ਮਰਤਾ ਮਰਤਾ ਜਗ ਮੂਆ ਮਰਨਾ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹਿ ਬੌਰ ਨਾ ਮਾਰੇ ਕਬੀਰ ਹੀ ਕਹਿ ਸਕਦੇ ਬੌਰ ਨਾ ਮਰਨਾ ਹੋਏ ਹੈਂ ਚੇਤਨ ਸੀ ਨਾ ਤੁਸੀਂ ਬਾਪੂ ਜੀ ਵੋਟ ਵਗੈਰਾ ਪਾਉਣੇ ਵੀ ਨਹੀਂ ਵੋਟ ਪਾਉਣਾ ਮਤਲਬ ਕੀ ਪਾਉਣੇ ਵੋਟ ਪਾਉਣ ਪਾਉਣ ਜਾਣਾ ਹਾਂ ਫਿਰ ਨਿਰਾਸ਼ਤਾ ਹੁੰਦੀ ਹੈ ਵੀ ਬੜਾ ਜਬ ਖੋੜਿਆ ਬੰਦੇ ਕੋਈ ਨਹੀਂ ਕੈਂਡੀਡੇਟ ਮੈਂ ਇੱਥੇ ਅਕਸਰ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ ਕਹਿ ਦੇਣਾ ਮੈਂ ਜਦੋਂ ਮੈਂ ਤੁਹਾਨੂੰ ਵੋਟ ਪਾਉਣਾ ਮੈਨੂੰ ਸ਼ਰਮ ਆਉਂਦੀ ਹੈ ਵੀ ਮੈਂ ਤੁਹਾਨੂੰ ਵੋਟ ਪਾ ਰਿਹਾ ਨਹੀਂ ਫਿਰ ਉਹ ਨੋਟਾਂ ਵਾਲਾ ਇੱਕ ਬਟਨ ਜਾਗਾ ਉਹ ਹੈਗਾ ਨੋਟਾਂ ਵਾਲਾ ਇੱਕ ਬਹੁਤ ਵੱਡੀ ਸ਼ਰਾਰਤ ਹੈ ਅੱਛਾ ਜੀ ਹਾਂ ਉਹ ਇਸ ਤਰ੍ਹਾਂ ਸ਼ਰਾਰਤ ਹੈ ਵੀ ਜਿਹੜੀ ਚੇਤਨ ਵਾਲੇ ਬੰਦੇ ਆ ਨਾ ਉਹਨੂੰ ਨੋਟਾਂ 'ਚ ਪਾ ਦਿਓ ਉਹਨੂੰ ਦੀ ਗਿਣਤੀ ਥੋੜ੍ਹੀ ਹੁੰਦੀ ਹੈ ਉਹ ਡਸਟਬਿਨ 'ਚ ਸੁੱਟ ਦਿਓ ਠੀਕ ਹੈ ਦੂਜੇ ਪਾਸੇ ਚੋਰਾਂ ਦੀ ਗਿਣਤੀ ਵੱਡੀ ਹੁੰਦੀ ਉਹ ਚੁਣੇ ਜਾਂਦੇ ਆ ਜਾਂ ਤਾਂ ਨੋਟਾਂ ਨੂੰ ਕਹਿਣ ਵੀ ਇੱਥੋਂ ਤੱਕ ਜੇ ਨੋਟਾਂ ਦੀ ਗਿਣਤੀ ਕਰ ਲੈਣ ਵੀ ਜੇ ਨੋਟਾ ਇੰਨਾ ਪੈ ਜਾਵੇ ਜੇ 100 ਮਗਰ 5% ਜਾਂ 10% ਨੋਟਾ ਪੈ ਜਾਵੇ 10 ਕਰ ਲਓ ਤੇ ਕੋਈ ਵੀ ਬੰਦਾ ਕੋਈ ਚੁਣਿਆ ਨਹੀਂ ਜਾਊਗਾ ਉਹਨਾਂ 'ਚ ਫਿਰ ਠੀਕ ਆ ਫਿਰ ਨੋਟਾਂ ਦੀ ਵਰਤੋਂ ਵੇਖੋ ਕਿਵੇਂ ਹੁੰਦੀ ਹੈ ਉਹਨਾਂ ਨੇ ਕਹਿੰਦੇ ਸੀ ਵੀ ਹੈਗਾ ਕਿ ਉਹ ਹੈ ਨਹੀਂ ਝੂਠ ਮਾਰਦੇ ਆ ਉਹਦਾ ਤਾਂ ਲੋਕੀ ਪਾਉਂਦੇ ਹੈ ਨਹੀਂ ਝੂਠ ਮਾਰਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਨਾ ਦੱਸਿਆ ਜੇ ਪਤਾ ਹੋਵੇ ਤਾਂ ਲੋਕੀ ਕੱਢ ਦੇਣ ਬਾਟੇ ਇਹਨਾਂ ਦੇ ਫਿਰ ਤੁਸੀਂ ਮਤਲਬ ਪਾਰਟੀ ਨੂੰ ਕਿਸੇ ਨੂੰ ਪਾ ਕੇ ਕਿਸੇ ਨਾ ਕਿਸੇ ਨੂੰ ਪਾ ਵੀ ਚਲੋ ਯਾਰ ਆਹ ਘੱਟ ਬਰਿਆਈ ਇਹਨੂੰ ਪਾ ਦਿਓ ਹਾਂ ਅੱਛਾ ਇਹ ਦੇਖ ਲੈਣੇ ਤੁਸੀਂ ਹਾਂ ਹੋਰ ਕੀ ਆ ਵੀ ਘੱਟ ਬਰਿਆਈ ਪਾ ਦਿਓ ਜਿਹੜਾ ਕੋਈ ਵੀ ਨਿੱਜੀ ਰੂਪ 'ਚ ਕੋਈ ਕੈਂਡੀਡੇਟ ਠੀਕ ਹੋਵੇ ਨਿੱਜੀ ਰੂਪ 'ਚ ਹਾਲਾਂਕਿ ਮੰਦੇ ਭਾਗਾਂ ਨੂੰ ਇਸ ਇਲਾਕੇ ਦੇ ਵਿੱਚ ਕੋਈ ਕੈਂਡੀਡੇਟ ਕਦੇ ਵੀ ਵਧੀਆ ਨਹੀਂ ਆਇਆ ਨਾ ਇੱਕ ਵਾਰੀ ਆਪਣੇ ਟਾਂਡਾ ਸਾਹਿਬ ਜੀ ਪੜ੍ਹਿਆ ਲਿਖਿਆ ਵਕੀਲ ਸੀ ਹਾਂ ਵਕੀਲ ਹਾਂ ਉਹਨੂੰ ਸ਼ਾਇਦ ਅਕਾਲੀ ਦਲ ਦੇ ਅਕਾਲੀ ਦਲ ਦਾ ਸੀ ਫਿਰ ਰੱਬ ਤੇਰਾ ਭਲਾ ਕਰੇ ਇੱਕ ਸੀ ਆਪਣੇ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਇੱਕ ਵਾਰੀ ਜਿੱਤਿਆ ਸੀ ਇੱਥੋਂ ਇੱਕੋ ਵਾਰੀ ਹਾਂ ਉਹ ਵੀ ਅਕਾਲੀ ਦਲ ਦੇ ਉਹ ਅਕਾਲੀ ਦਲ ਸੀ ਉਹਨੂੰ ਵੀ ਵੋਟ ਪਾਈ ਸੀਗੀ ਹੈਂ ਤੇ ਕਾਂਗਰਸ ਨੂੰ ਬੰਦੇ ਦੇ ਤੌਰ ਤੇ ਮੈਂ ਵੋਟ ਨਹੀਂ ਪਾਉਂਦਾ ਨਾ ਕਾਂਗਰਸ ਨੂੰ ਮੈਂ ਪਾਰਟੀ ਦੇ ਤੌਰ ਤੇ ਵੋਟ ਨਹੀਂ ਪਾਉਂਦਾ ਸੀ ਕਿਉਂਕਿ ਮੈਨੂੰ ਪਤਾ ਸੀ ਉਹਨੇ ਸਾਰੇ ਗੁੰਡਾਗਰਦੀ ਕਰਨੀ ਹੈ ਲੁੱਟ ਕਸੁੱਟੀ ਕਰਨੀ ਹੈ ਅੱਛਾ ਕਾਂਗਰਸ ਨੂੰ ਨਹੀਂ ਪਾਉਂਦਾ ਹਾਂ ਮੈਂ 1978 ਤੋਂ ਲੈ ਕੇ ਜਦੋਂ ਦੀ ਐਮਰਜੈਂਸੀ ਲੱਗੀ ਹੈ ਨਾ ਉਸ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਇਹ ਦੇਸ਼ ਦੇ ਹਿੱਤਾਂ ਦਾ ਰਾਖੀ ਨਹੀਂ ਕਰ ਸਕਦੀ ਉਹਨੇ ਬਾਈ ਗੱਲ ਕਰ ਹਾਂ ਵੀ ਹੁਣ ਨਹੀਂ ਹੁਣ ਇਹ ਵੋਟ ਦੇ ਕਾਬਲ ਨਹੀਂ ਰਹੀ ਹੈ ਹਾਂ ਫਿਰ ਤਾਂ ਬਸ ਤੁਸੀਂ ਕਾਲੀ ਦਾ ਕਾਲੀ ਹੋ ਪੱਕੇ ਫਿਰ ਨਹੀਂ ਕਾਮਰੇਡ ਵਧਾਂ ਅੱਛਾ ਕਾਮਰੇਡ ਵਧਾਂ ਹਾਂ ਮੇਰੀ ਸੋਚ ਕਾਮਰੇਡ ਹੈ ਹਾਂ ਕਈ ਕਹਿਣ ਕੇ ਬਾਬਾ ਤੂੰ ਸਿੱਖੋ ਕੇ ਕਾਮਰੇਡ ਹੈ ਮੈਂ ਇਹ ਅਗਲੀ ਸਟੇਜ ਹੈ ਚੰਗਾ ਨਾ ਜਿਹੜਾ ਸਿੱਖ ਹੈ ਉਹ ਫਿਊਡਲ ਜੁਗ ਨਾਲ ਲੜਦਾ ਹੈ ਮੈਂ ਤੁਹਾਨੂੰ ਪਤਾ ਨਹੀਂ ਆਇਆ ਜਿੰਨੇ ਤੁਸੀਂ ਬੰਦੇ ਫਿਰਦੇ ਹੋ ਨਾ ਧਰਤੀ ਦੇ ਉੱਤੇ ਨਾ ਸਿੱਖ ਨੂੰ ਨਾ ਕਾਮਰੇਡ ਨੂੰ ਦੋਨਾਂ ਨੂੰ ਪਤਾ ਜਿਹੜਾ ਸਿੱਖ ਹੈ ਫਿਊਡਲ ਜੁਗ ਨਾਲ ਲੜਦਾ ਕਾਮਰੇਡ ਸਰਮਾਈ ਜੁਗ ਨਾਲ ਲੜਦਾ
ਮੈਂ ਬਾਬੇ ਹੋਰੀ ਗੁਰੂ ਨਾਨਕ ਹੋਰੀ ਬਾਬਰ ਨਾਲ ਜਦੋਂ ਲੜਦੇ ਕੌਣ ਸੀ ਮੈਂ ਰਾਜਾ ਸ਼ਾਹੀ ਤੇ ਫਿਊਡਲ ਯੁੱਗ ਉਹਦੇ ਨਾਲ ਲੜੇ ਇਹ ਯੋਗਦਾਨ ਹੈ ਹਿਸਟਰੀ ਦਾ ਉਹਨਾਂ ਦਾ ਯੋਗਦਾਨ ਹੈ ਗੁਰੂ ਗੋਬਿੰਦ ਸਿੰਘ ਦਾ ਯੋਗਦਾਨ ਹੈ ਜਿਹੜੇ ਕਾਮਰੇਡ ਨੇ ਉਹ ਸਰਮਾਏਦਾਰੀ ਨਿਜ਼ਾਮ ਨਾਲ ਲੜਦੇ ਨੇ ਮੈਂ ਤੈਨੂੰ ਪਤਾ ਨਹੀਂ ਤੁਹਾਡੀ ਲੜਾਈ ਕਿਹਦੇ ਨਾਲ ਮੈਂ ਫਿਲੋਸਫੀ ਦੀ ਐਮ ਐ ਮੈਨੂੰ ਪਤਾ ਹੈ ਤੁਸੀਂ ਆਪ ਪੜ੍ਹਦੇ ਨੀ ਪਹਿਲਾਂ ਕਾਮਰੇਡ ਤੇ ਕਾਮਰੇਡ ਤੇ ਕਾਮਰੇਡ ਤੇ ਸਿੱਖ 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 ਕਰੀ ਜਾਂਦੇ ਮੈਂ ਮੇਰੇ 11 ਸਬਜੈਕਟਾਂ ਦੇ ਉੱਤੇ ਅੰਗਰੇਜ਼ੀ ਪੰਜਾਬੀ ਹਿੰਦੀ ਸੰਸਕ੍ਰਿਤ ਇਕਨੋਮਿਕਸ ਪੋਲੀਟੀਕਲ ਸਾਇੰਸ ਹਿਸਟਰੀ ਫਿਲੋਸਫੀ ਸਾਈਕੋਲੋਜੀ ਸੋਸ਼ੋਲੋਜੀ ਕੰਪੈਰੀਟਿਵ ਸਟੱਡੀ ਆਫ ਦਾ ਵਰਲਡ ਰਿਲੀਜਨ ਮੈਂ ਇਹਨਾਂ 11 ਸਬਜੈਕਟਾਂ ਦੇ ਉੱਤੇ ਮੈਂ ਤਕਰੀਬਨ 5600 ਕਿਤਾਬ ਪੜ੍ਹਦਾ ਕਿਤਾਬ ਜੇ ਮੈਂ ਨਾ ਪੜ੍ਹਾਂ ਮੈਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਮੈਨੂੰ ਖਾਣ ਦਾ ਸ਼ੌਂਕ ਨਹੀਂ ਪੀਣ ਦਾ ਸ਼ੌਂਕ ਨਹੀਂ ਹੈਂ ਨੱਚਣ ਕੁੱਦਣ ਦਾ ਵੀ ਸ਼ੌਂਕ ਨਹੀਂ ਹੈਂ ਅਤੇ ਪਾਰਟੀਆਂ 'ਚ ਬਹਿ ਕੇ ਗੱਪ ਮਾਰਨ ਦਾ ਸ਼ੌਂਕ ਨਹੀਂ ਮੈਂ ਸਿਰਫ ਥੋੜ੍ਹੇ ਜਿਹੇ ਮੀਡੀਆ ਦੇ ਨਾਲ ਮੁੰਡੇ ਨਾਲ ਜ਼ਰੂਰ ਗੱਲ ਕਰ ਲੈਂਦਾ ਨਹੀਂ ਮੈਂ ਪੜ੍ਹਦਾ ਜਾਂ ਕੰਮ ਕਰਦਾ ਜਾਂ ਸੈਰ ਕਰਦਾ 20-22 ਕਿਲੋਮੀਟਰ ਮੈਂ ਰੋਜ਼ ਤੁਰਨਾ ਹੁੰਦਾ ਤੁਰਦਾ ਮੈਂ ਨਾ ਸਾਈਕਲ ਵਰਤਦਾ ਨਾ ਸਕੂਟਰ ਵਰਤਦਾ ਨਾ ਕਾਰ ਵਰਤਦਾ ਸਾਰਾ ਲੁਧਿਆਣਾ ਜੀ ਮਤਲਬ 20-20 ਕਿਲੋਮੀਟਰ ਤੱਕ ਤੁਰਦਾ ਜੇ ਮੈਂ ਜਾਣਾ ਹੋਵੇ ਕੁਹਾੜਾ ਇੱਥੋਂ 18 ਕਿਲੋਮੀਟਰ ਹੈ ਤੁਰ ਪੂ ਪਤਾ ਨਹੀਂ ਲੱਗਦਾ ਕੁਹਾੜਾ ਕਦੋਂ ਆ ਗਿਆ ਹਾਂਜੀ ਜੇ ਮੈਂ ਇੱਥੋਂ ਤੁਰ ਪਾ ਮੈਨੂੰ ਪਤਾ ਨਹੀਂ ਲੱਗਦਾ ਕਦੋਂ ਮੁੱਲਾਪੁਰ ਆ ਗਿਆ ਕੋਈ ਦਿਮਾਗ 'ਚ ਨਹੀਂ ਹੈ ਇੱਥੋਂ ਤੁਰ ਪਾ ਪਤਾ ਨਹੀਂ ਕਦੋਂ ਫਲੋਰ ਆ ਜੇ ਇੱਧਰਲੇ ਪਾਸੇ ਤੁਰ ਪਾ ਪਤਾ ਨਹੀਂ ਕਦੋਂ ਆਪਣੇ ਜਿਹੜਾ ਵੱਡਾ ਗੁਰਦੁਆਰਾ ਆਲਮਗੀਰ ਵਾਲਾ ਕਦੋਂ ਆ ਜੇ ਹਾਂ ਕੋਈ ਸਮੱਸਿਆ ਨਹੀਂ ਤੁਰਦੀ ਇੰਨੀ ਬਸ ਜੋੜੇ ਟੁੱਟਦੇ ਇਕੱਲੇ ਹੋਰ ਸਾਰੀ ਚੀਜ਼ ਮਜ਼ਬੂਤ ਹੋ ਜਾਂਦੀ ਹੈ ਹੈ ਜੋੜੇ ਘੱਟਦੇ ਆ ਨਾ ਸੜਕਾਂ 'ਤੇ ਲੁਧਿਆਣਾ ਵੀ ਬਦਲ ਗਿਆ ਫਿਰ ਅੱਗੇ ਨਾਲੋਂ ਬਹੁਤ ਬਦਲ ਗਿਆ ਬਹੁਤ ਬਦਲ ਗਿਆ ਜਿਹੜੇ ਇੱਥੇ ਪੁਰਾਣੇ ਬਜ਼ੁਰਗ ਸੀ ਬੜੇ ਸਬਰ ਸੰਤੋਖ ਵਾਲੇ ਸੀ ਮਾਵਾਂ ਬਹੁਤ ਸਬਰ ਸੰਤੋਖ ਵਾਲੇ ਉਹ ਪੁੱਤ ਪੁੱਤ ਕਰਕੇ ਬੁਲਾਉਂਦੇ ਸੀ ਹੁਣ ਰਿਸ਼ਤੇ ਬਦਲ ਗਏ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਕਿਹੜੀ ਪ੍ਰਜਾਤੀ ਰਹਿੰਦੀ ਆ ਝੂਠ ਸਤਾਣ ਹੰਕਾਰ ਅਸਾਂ ਹੀ ਲੱਗਿਆ ਵੀ ਮੈਨੂੰ ਸਾਰਾ ਕੁਛ ਦਾ ਪਤਾ ਹੈ ਮੇਰੇ ਕੱਪੜੇ ਮਹਿੰਗੇ ਨੇ ਮੇਰਾ ਘਰ ਵੱਡਾ ਹੈ ਇਸੇ ਗੱਲ 'ਚ ਲੱਗੇ ਰਹਿੰਦੇ ਆ ਬੰਦੇ ਨਾਲ ਗੱਲ ਨਹੀਂ ਕਰਦੇ ਕਿਰਦਾਰ ਕੋਈ ਨਹੀਂ ਪੜ੍ਹਨਾ ਕੋਈ ਨਹੀਂ ਕੈਲੀਬਰ ਕੋਈ ਨਹੀਂ ਕੁਆਲੀਫਿਕੇਸ਼ਨ ਕੋਈ ਨਹੀਂ ਕਰੈਕਟਰ ਕੋਈ ਨਹੀਂ ਇਹ ਇਸ ਗੱਲ ਦੀ ਬਹੁਤ ਵੱਡੀ ਮਾਰ ਵੱਜੀ ਹੋਈ ਹੈ ਹਾਂ ਅਖੌਤੀ ਮਾਡਰਨ ਬਣ ਗਏ ਮਾਡਰਨ ਰੋਮਾਂਟਿਕ ਹੋ ਗਏ ਫਿਰ ਆਪਣੇ ਆਪ ਨੂੰ ਬੋਲਡ ਕਹਿਣ ਲੱਗ ਗਏ ਫਿਰ ਆਪਣੇ ਆਪ ਨੂੰ ਲਿਬਰਲ ਕਹਿਣ ਲੱਗ ਗਏ ਜਿਹੜੀ ਜਿਹੜੀ ਕੋਈ ਚੀਜ਼ ਮਰਿਆਦਾ ਅਧੀਨ ਆਪਾਂ ਨਹੀਂ ਕੀਤੀ ਜਾਂਦੀ ਸੀ ਵੀ ਨਹੀਂ ਵੀ ਇਹ ਮਰਿਆਦਾ ਆਪਾਂ ਨਹੀਂ ਕਰਨੀ ਗਲਤ ਗੱਲ ਹੈ ਉਹ ਚੀਜ਼ ਕਰਕੇ ਰੱਖੋਗੇ ਅਸੀਂ ਬੋਲਡ ਹੋ ਗਏ ਘਰੇ ਕਕਰੋਚ ਆ ਜਾਏ ਉਹ ਤੋਂ ਵੇਖ ਕੇ ਚੀਜ਼ ਨਿਕਲ ਜਾਂਦੀ ਆ ਅਤੇ ਮਰਿਆਦਾ ਤੋਂ ਬਾਹਰ ਜਾਣਾ ਜਿਹੜੀ ਮਨੁੱਖ ਦੀ ਪੋਜ਼ਿਟਿਵ ਮਰਿਆਦਾ ਭਰਮ ਨਹੀਂ ਮਰਿਆਦਾ ਉਹ ਤੋਂ ਬਾਹਰ ਜਾਣਾ ਖੜੇ ਅਸੀਂ ਬੋਲਡ ਹੋ ਗਏ ਜੀ ਜਾਂਦੇ ਹਾਂ ਬਹੁਤ ਜ਼ਿਆਦਾ ਮਤਲਬ ਆਹੀ ਜਿਵੇਂ ਤੁਸੀਂ ਕਿਹਾ ਵੀ ਗੱਪ ਮਾਰਨਾ ਪਸੰਦ ਨਹੀਂ ਗੱਲਾਂ ਬਾਤਾਂ ਕਰਦੇ ਕਹਿੰਦੇ ਬੈਂਦੀ ਉਹ ਲੋਕ ਨਹੀਂ ਸਰਕਾਰੀ ਜਾਂ ਦਰਬਾਰੀ ਕਰਦੇ ਹਾਂ ਉੱਥੇ ਮੈਂ ਮੇਰਾ ਉੱਥੇ ਤਕਰੀਬ ਸਾਲ ਵੀ ਮੈਨੂੰ 48 ਸਾਲ ਦਾ ਮੇਰਾ ਉੱਥੇ ਆਉਣ ਜਾਣ ਹਾਂ 48 ਸਾਲ ਬਹੁਤ ਹੁੰਦੇ ਆ ਤੇ ਮੈਂ ਸਾਰੇ ਕਵੀ ਨੂੰ ਪੜ੍ਹਦਾ ਪਹਿਲਾਂ ਮੈਂ ਕਵੀਆਂ ਦੇ ਰੋਮਾਂਸ ਮੈਨੂੰ ਚੰਗੇ ਲੱਗਦੇ ਸੀ ਹੁਣ ਮੈਨੂੰ ਕਵੀਆਂ ਦੇ ਰੋਮਾਂਸ ਚੰਗੇ ਨਹੀਂ ਲੱਗਦੇ ਹੁਣ ਨਿਰਾਸ਼ਤਾ ਦਿੰਦੇ ਆ ਵੀ ਨਹੀਂ ਯਾਰ ਇਹ ਪ੍ਰੋਪਰ ਨਹੀਂ ਕਿਸੇ ਪਾਸੇ ਜਾ ਰਹੇ ਉਹ ਫਿਰ ਮੈਂ ਇਹਨਾਂ ਦੇ ਉੱਤੇ ਇੱਕ ਫਿਰ ਨਾ ਇੱਕ ਟਿੱਪਣੀ ਦੇ ਤੌਰ 'ਤੇ ਕਵਿਤਾ ਲਿਖੀ ਮੈਨੂੰ ਆਪ ਕਹਿਣੀ ਪਈ ਟਿੱਪਣੀ ਕਰ ਸਕਦੇ ਹਾਂ ਸਾਰੀ ਦੁਨੀਆ ਮੇਰੇ 'ਤੇ ਟਿੱਪਣੀ ਕਰ ਸਕਦੀ ਮੈਂ ਤਾਂ ਜਿੰਨੀ ਇਕੱਲੇ ਨੇ ਟਿੱਪਣੀ ਸੀ ਜਾਂ ਕਿਸੇ ਨੇ ਸਮਝੀ ਨਹੀਂ ਠੀਕ ਹੈ ਨਾ ਜਦੋਂ ਕਹਿੰਦੇ ਵੀ ਉਹ ਬਾਇਆ ਬਠਿੰਡਾ ਅਨਪੜ੍ਹ ਸ਼ਰਾਬੀ ਕਬਾਬੀ ਜੱਟਾਂ ਦਾ ਮੁੰਡਾ ਟਰੱਕ ਡਰਾਈਵਰ ਇਹ ਮੇਰੇ 'ਤੇ 5 ਮਰੇ ਸੱਪ ਗਲਤ ਪਾ ਦੇਣੇ ਟਰੱਕ ਡਰਾਈਵਰ ਨੂੰ ਕਹਿੰਦੇ ਆ ਜਦੋਂ ਕਿ ਮੈਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ ਨਾ ਕਿਹੜਾ ਸਿੱਖ ਲਿਆ ਮੁੜ ਕੇ ਚੜ੍ਹੇ ਨਹੀਂ ਸਿੱਖ ਲਿਆ 8ਵੀਂ 'ਚ ਪੜ੍ਹਦਿਆਂ ਮੁੜ ਕੇ ਚੜ੍ਹੇ ਨਹੀਂ ਉਹ ਸਕੂਟਰ ਕਾਰ ਦੀ ਤਾਂ ਗੱਲ ਹੀ ਛੱਡੋ ਬਹੁਤਾ ਤੁਰ ਕੇ ਨਹੀਂ ਬੱਸ 'ਤੇ ਬਹਿ ਜਾਂਦੇ ਹਾਂ ਫਿਰ ਕਹਿਣਗੇ ਡਰਾਈਵਰ ਤੂੰ ਲੱਗਦਾ ਮੈਂ ਕਮਾਲ ਆ ਡਰਾਈਵਰੀ ਤੁਸੀਂ ਖੁਦ ਕਰਦੇ ਹੋ ਲੱਗਦਾ ਮੈਂ ਹਾਂ ਮੈਂ ਇਹ ਕਹਿੰਦਾ ਡਰਾਈਵਰੀ ਤੁਸੀਂ ਆਪ ਕਰਦੇ ਹੋ ਲੱਗਦਾ ਮੈਂ ਹਾਂ ਫਿਰ ਆਖਣਗੇ ਜੀ ਤੁਸੀਂ ਜੱਟ ਲੱਗਦੇ ਹੋ ਫਿਰ ਮੈਂ ਕਰਾਂ ਕਿ ਮੈਂ ਉਹਨਾਂ ਦੇ ਘਰੇ ਜੰਮੇ ਹਾਂ ਅਤੇ ਮੈਂ ਹੁਣ ਕੀ ਲੱਗਾਂ ਜਦੋਂ ਉਹਨਾਂ ਦੇ ਘਰੇ ਲੱਗਾਂ ਮੈਂ ਉਹੀ ਲੱਗੂ ਮੈਂ ਕਹਿੰਦਾ ਵੀ ਦੱਸ ਤੂੰ ਕੀ ਹੈ ਅਤੇ ਕੀ ਲੱਗ ਰਿਹਾ ਆਪਦੇ ਬਾਰੇ ਦੱਸਣਾ ਕੋਈ ਨਹੀਂ ਮੈਂ ਮੇਰੇ ਬਾਰੇ ਸਾਰਾ ਜਾਣਦਾ ਵੀ ਮੈਂ ਮੈਂ ਜੱਟ ਲੱਗਦਾ ਅਤੇ ਆਪਦੇ ਬਾਰੇ ਦੱਸਦਾ ਕੋਈ ਨਹੀਂ ਕਹਿੰਦਾ ਹਾਂ ਮੈਂ ਜਾਂ ਤਾਂ ਤੂੰ ਹੀਣਾ ਜਾਂ ਕਵੀਣਾ ਦੋਵਾਂ 'ਚੋਂ ਇੱਕ ਜ਼ਰੂਰ ਹੈ ਨਹੀਂ ਤਾਂ ਆਪਦੇ ਆਪ ਨੂੰ ਦੱਸ ਖੁੱਲ੍ਹ ਕੇ ਮੈਂ ਫਲਾਨਾ ਫਿਰ ਚੁੱਪ ਕਰ ਜਾਂਦੇ
ਮੈਨੂੰ ਇੱਥੇ ਪੰਜਾਬ ਦੇ ਬੰਦੇ ਨੇ ਕਦੇ ਨਹੀਂ ਦੱਸਿਆ ਜਿਹਨੇ ਮੈਨੂੰ ਕਿਹਾ ਵੀ ਤੂੰ ਜੱਟ ਲੱਗਦਾ ਵੀ ਮੈਂ ਕੌਣ ਆ ਮੈਂ ਤੇਰਾ ਗੋਤ ਦੱਸ ਦੇ ਤੇ ਤੇਰਾ ਕਬੀਲਾ ਦੱਸ ਦੇ ਜਿਵੇਂ ਹਾਂ ਮੈਂ ਜੱਟ ਹਾਂ ਤੇ ਮੇਰਾ ਕਬੀਲਾ ਹੈ ਗੋਤ ਮੇਰਾ ਗਿੱਲ ਹੈ ਤੂੰ ਦੱਸ ਮੈਂ ਤੇਰਾ ਕਬੀਲਾ ਕਿਹੜਾ ਫਿਰ ਜਾਗਦੇ ਨੇ ਕਿਸੇ ਨੂੰ ਪਤਾ ਹੀ ਕੋਈ ਨਹੀਂ ਕਿਸੇ ਬੰਦੇ ਨੂੰ ਆਪਦੇ ਕਬੀਲੇ ਦਾ ਨਹੀਂ ਪਤਾ ਯਥਾਰਥ ਦਾ ਭਗੌੜਾ ਪਦਾਰਥ ਦਾ ਭੋਗੀ ਹੈ ਦਰਬਾਰ ਦਾ ਕੁੱਕਰ ਹੈ ਪੰਜਾਬੀ ਦਾ ਸ਼ਾਇਰ ਹੈ ਕਿੱਤਾ ਰੋਮਾਂਸ ਹੈ ਹੁਣ ਪੱਕਾ ਪੰਜਾਬੀ ਦਾ ਸ਼ਹਿਰ ਬਣੀ ਹੀ ਗਿਆ ਹੋਰ ਇਹਦੇ ਕੋਲ ਗੱਲ ਹੀ ਨਹੀਂ ਰਹੀ ਹੁਣ ਤਾਂ ਕਿਤੇ ਰਾਜ ਦਰਬਾਰਾਂ 'ਚ ਬਹਿੰਦੇ ਨੇ ਗਜ਼ਲਾਂ ਗਾਉਂਦੇ ਨੇ ਹੈਂ ਉੱਥੇ ਜਾ ਕੇ ਇੱਕ ਦਾ ਇਨਾਮ ਮਿਲ ਜਾਂਦਾ ਤੇਰੇ ਨੂੰ ਇਹ ਨਹੀਂ ਪਤਾ ਵੀ ਤੁਹਾਡੀ ਪੰਜਾਬੀ ਦਫ਼ਤਰਾਂ 'ਚ ਲਾਗੂ ਨਹੀਂ ਹੈ ਬਹੁਤ ਘੱਟ ਲਿਖਾਰੀ ਨੇ ਜਿਹੜੇ ਪੰਜਾਬੀ ਬਾਰੇ ਗੱਲ ਕਰਨ ਵੀ ਪੰਜਾਬੀ ਲਾਗੂ ਕਰੋ ਹਰ ਅਫਸਰਾਂ ਕੋਲ ਬੈਠਣ ਉੱਠਣਾ ਉਹਨਾਂ ਕੋਲ ਲਿਹਾਜ਼ਾਂ ਨੇ ਸਿਫਾਰਿਸ਼ਾਂ ਵੀ ਲੱਗਦੀਆਂ ਨੇ ਜੇ ਕੋਈ ਨਵਾਂ ਅਫਸਰ ਆਵੇ ਮਿਲਣ ਵੀ ਜਾਂਦੇ ਨੇ ਅਫਸਰ ਵੀ ਮਿਲਣ ਆ ਜਾਂਦਾ ਇਹਨਾਂ ਕੋਲ ਹੈ ਪਰ ਜਦੋਂ ਪੰਜਾਬੀ ਦੀ ਗੱਲ ਹੋਵੇ ਤਾਂ ਚੁੱਪ ਕਰ ਜਾਂਦੇ ਆ ਕਿਸੇ ਪੰਜਾਬੀ ਦੇ ਸ਼ਹਿਰ ਨੇ ਮੈਂ ਤਾਂ ਵੇਖਿਆ ਨਹੀਂ ਵੀ ਇਹਨਾਂ ਨੇ ਪੰਜਾਬੀ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹੋਵੇ ਇਹਨੂੰ ਲਾਗੂ ਕਰੋ ਜਿਹੜੇ ਵੱਡੇ ਵੱਡੇ ਪੰਜਾਬੀ ਦੇ ਸ਼ਾਇਰ ਨੇ ਲਿਖਾਰੀ ਨੇ ਹਾਂ ਹੁਣ ਤਾਂ ਚਲੋ ਸਰਕਾਰ ਵੀ ਆਪਾਂ ਕਹਿ ਦਈਏ ਭਗਵੰਤ ਮਾਨ ਜੀ ਦਾ ਵੀ ਇਹ ਪਿਛੋਕੜ ਹੈਗਾ ਉਹ ਉਹਦੇ ਨਾਲ ਨੇੜਤਾ ਲੱਗਦੀ ਹੈ ਉਹਨਾਂ ਦੀ ਕਦਰ ਉਹਨਾਂ ਦੀ ਕਦਰ ਜ਼ਿਆਦਾ ਪੈਗੀ ਕਿਉਂਕਿ ਭਗਵੰਤ ਮਾਨ ਇੱਕ ਕਲਾਕਾਰ ਸੀ ਭਾਵੇਂ ਗੱਲ ਵੱਖਰੀ ਆ ਕਿ ਉਹ ਭੰਡ ਤੇ ਚੰਡ ਨੂੰ ਜ਼ਿਆਦਾ ਵਰਤਦਾ ਸੀਗਾ ਭੰਡ ਤੇ ਚੰਡ ਹੈਂ ਤੇ ਸ਼ੁਕਰ ਹੈ ਭੰਡੀ ਤੇ ਚੰਡੀ ਦੀ ਵਰਤੀ ਹੈਂ ਟਿਚਰਾਂ ਜ਼ਿਆਦਾ ਕੀਤੀਆਂ ਵਿਅੰਗ ਕਰੇ ਵਿਅੰਗ ਬਹੁਤ ਵਧੀਆ ਚੀਜ਼ ਹੁੰਦੀ ਹੈ ਪਰ ਜੇ ਸਾਰਾ ਦਿਨ ਵਿਅੰਗ ਕਰੀਏ ਫਿਰ ਕਾਫੀ ਤੰਗ ਹੋ ਜਾਂਦਾ ਹੈਂ ਵਿਅੰਗ ਕੀਤਾ ਜਾ ਸਕਦਾ ਹੈ ਵਿਆਹਾਂ ਸ਼ਾਦੀਆਂ 'ਚ ਮੇਰੀ ਮਾਤਰੀ ਭਾਸ਼ਾ ਮੈਂ ਪੰਜਾਬੀ ਸਾਹਿਤ ਦਾ ਵਿਦਿਆਰਥੀ ਹਾਂ ਪਰ ਜਦੋਂ ਮੈਂ ਪੜ੍ਹਦਾ ਨਿਰਾਸ਼ਤਾ ਪੱਲੇ ਪੈਂਦੀ ਹੈ ਵੀ ਯਾਰ ਇਹਨੇ ਦਿਮਾਗਾਂ 'ਚ ਪਹਿਲਾਂ ਤਾਂ ਆਪਣੇ ਥਾਂ ਖੜੇ ਸੀ ਹੁਣ ਗੁਰੂ ਸਾਹਿਬ ਦਾ ਕਿਹੜਾ ਮੁਕਾਬਲਾ ਕਰੂ ਬਾਰਿਸ਼ਾਂ ਦਾ ਕਿਹੜਾ ਮੁਕਾਬਲਾ ਕਰੂ ਸ਼ਾਹ ਮਹਿਮੂਦ ਦਾ ਕਿਹੜਾ ਮੁਕਾਬਲਾ ਕਰੂ ਸ਼ਾਹ ਮਹਿਮੂਦ ਦਾ ਇੱਕ ਸਰਕਾਰ ਉਹ ਕਿੱਥੇ ਜਾ ਖੜਾ ਸੀ ਰਾਜ ਟੁੱਟ ਜਾਂਦਾ ਤੇ ਜੰਗਨਾਮਾ ਲਿਖਦਾ ਇਹ ਲਿਖ ਦੇਣਗੇ ਸ਼ਾਹ ਮਹਿਮੂਦ ਦਾ ਇੱਕ ਸਰਕਾਰ ਬਾਅਦ ਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਠੀਕ ਹੈ ਨਾ ਇਹ ਸ਼ਾਹ ਮਹਿਮੂਦ ਹੀ ਕਹਿ ਸਕਦਾ ਇਹ ਉਹਨਾਂ ਦੀ ਚੇਤਨਾ ਵੱਡੀ ਸੀ ਉਹਨਾਂ ਦਾ ਕਿਰਦਾਰ ਵੱਡਾ ਸੀ ਇਹ ਤਾਂ ਐਵੇਂ ਇਨਾਮ ਲੈਣ 'ਚ ਹੀ ਨੇ ਇਹਨਾਂ ਨੂੰ ਇੱਕ ਵਾਰੀ ਕਿਤੇ ਨਾ ਕਿਤੇ ਲੈ ਜਾਓ ਇੱਕ ਅੱਧੀ ਕਿਤਾਬ ਇਹਨਾਂ ਦੀ ਰਿਲੀਜ਼ ਕਰ ਦਿਓ ਘੁੰਡ ਚੁਕਾ ਦਿਓ ਘੁੰਡ ਤੋਂ ਬਗੈਰ ਰਹਿ ਨਹੀਂ ਸਕਦੇ ਹੈਂ ਤੇ ਬਸ ਇਹਨਾਂ ਦੀ ਬੱਲੇ ਬੱਲੇ ਹੁੰਦੀ ਉਸ ਤੋਂ ਬਾਅਦ ਘਰੋਂ ਘਰੀ ਵਗ ਜਾਣਗੇ ਤੁਸੀਂ ਨਹੀਂ ਸੋਚਿਆ ਕਿਤਾਬ ਲਿਖਣ ਬਾਰੇ ਮੈਂ ਸੋਚ ਰੱਖਿਆ ਮੈਂ ਲਿਖੂੰ ਜ਼ਰੂਰ ਪਰ ਮੈਨੂੰ ਲੱਗਦਾ ਮੇਰੀ ਕਿਤਾਬ ਥੋੜ੍ਹੀ ਜਿਹੀ ਖਤਰਨਾਕ ਹੋਊਗੀ ਕਿਉਂਕਿ ਮੈਂ ਇਹ ਜਿਹੜਾ ਹੈ ਨਾ ਇਹ ਚਾਪਲੂਸ ਟੋਲਾ ਹਿੰਦੁਸਤਾਨ ਦਾ ਮੈਂ ਉਹਨੂੰ ਨੰਗਾ ਕਰਨਾ ਚਾਹੁੰਦਾ ਮੇਰੇ 'ਚ ਮੇਰੇ ਕੋਲ ਕਾਫੀ ਇਹਦਾ ਮਤਲਬ ਅੰਦਰ ਭਰਿਆ ਪਿਆ ਬਸ ਉਹਨੂੰ ਮੈਂ ਸ਼ਬਦ ਹੀ ਦੇਣੇ ਆ ਮੈਂ ਕਿਸੇ ਵਕਤ ਵੀ ਬਹਿ ਜਾਂ ਤੇ ਮੈਂ ਸ਼ਬਦ ਦੇਣੇ ਸ਼ੁਰੂ ਕਰ ਦਿੰਦਾ ਜਿਵੇਂ ਤੁਸੀਂ ਬਾਬਾ ਪੰਜਾਬੀ ਦੇ ਇਸ਼ਾਰਿਆਂ ਤੇ ਲੱਗਦੇ ਕਦੇ ਕਿਸੇ ਨੂੰ ਮੂੰਹ ਤੇ ਵੀ ਗੱਲ ਆਖੀ ਆ ਕਹਿੰਦੇ ਜੀ ਮੂੰਹ ਤੇ ਆ ਅੱਛਾ ਜੀ ਹਾਂ ਜੇ ਮੈਂ ਮੂੰਹ ਤੇ ਨਾ ਕਿਹਾ ਤਾਂ ਫਿਰ ਮੈਂ ਤੁਹਾਡੇ ਕੋਲ ਕੀ ਕਹਿ ਸਕਦਾ ਸੀ ਕਿਉਂਕਿ ਤੁਹਾਡੇ ਵਾਲੀ ਗੱਲ ਉਹਨਾਂ ਦੇ ਮੂੰਹ ਤੇ ਜਾਣੀ ਜਾਣੀ ਆ ਮੈਂ ਪੰਜਾਬੀ ਭਾਵਨ ਦਾ ਨਾਂ ਰੱਖਿਆ ਮਕਰਿਆਂ ਦਾ ਮੱਕਾ ਮਕਰਿਆਂ ਦਾ ਮੱਕਾ ਮਕਰਾ ਕੌਣ ਹੁੰਦਾ ਫਰੇਬੀ ਵੀ ਫਰੇਬ ਕਰਦੇ ਤੋ ਕੁਛ ਕੋਈ ਗੱਲ ਨੀ ਮਕਰਿਆਂ ਦਾ ਮੱਕਾ ਮੈਨੂੰ ਨੋਟਿਸ ਭੇਜ ਦਿਓ ਜੀ ਮੇਰਾ ਮੇਰੀ ਇਹ ਤੁਹਾਡੇ ਤੇ ਟਿੱਪਣੀ ਹੈ ਮੈਂ ਤਾਂ ਨਿੱਜੀ ਰੂਪ 'ਚ ਗੱਲ ਥੋੜ੍ਹਾ ਕੀਤੀ ਵੀ ਫਲਾਨਾ ਸਿਓ ਮਕਰਾ ਮੈਂ ਕਹਿੰਦਾ ਵੀ ਆ ਟੋਲਾ ਮਕਰਿਆਂ ਦਾ ਹੁਣ ਬਾਬੇ ਨਾਨਕ ਨੂੰ ਦੀਆਂ ਨੋਟਿਸ ਭੇਜ ਦਿਓ ਜਦੋਂ ਕਹਿੰਦੇ ਕਾਜੀ ਕੂੜ ਬੋਲ ਮਲਖਾਏ ਭੇਜ ਦੇਣਾ ਬਾਹਮਣ ਨਾਵਾ ਜੀ ਦਾ ਘਾਈ ਜੋਗੀ ਜੁਗਤਣਾ ਜਾਣੇ ਆਂਦੇ ਤੇ ਤਿੰਨੇ ਆਓ ਜਾੜੇ ਕਾ ਬੰਦ ਬਾਬੇ ਨਾਨਕ ਨੂੰ ਨੋਟਿਸ ਭੇਜ ਦੇਣ ਵੀ ਲੈ ਬਾਬਾ ਇਧਰ ਆ ਤੂੰ ਤੈਨੂੰ ਨੋਟਿਸ ਭੇਜਿਆ ਤੇਰੀ ਪੇਸ਼ੀ ਪਵਾਉਂਦੇ ਭੇਜ ਦੇਣ ਉਹਨੂੰ ਇਸੇ ਕਰਕੇ ਇਹ ਗੱਲਾਂ ਤਾਂ ਕਹਿਣੀਆਂ ਪੈਣੀਆਂ ਸਾਨੂੰ ਅਧਿਕਾਰ ਹੈ ਅਸੀਂ ਟਿੱਪਣੀ ਕਰ ਸਕਦੇ ਨਿੰਦਿਆ ਨਹੀਂ ਕਰਦੇ ਟਿੱਪਣੀ ਕਰਨ ਦਾ ਹੱਕ ਹੈ ਸਾਡਾ ਆਲੋਚਨਾ ਕਰ ਸਕਦੇ ਹਾਂ ਉਹਨਾਂ ਦੇ ਕਿਰਦਾਰ ਦੀ ਤੇ ਕਰਤੂਤ ਦੀ ਕਿਰਦਾਰ ਕਰਤੂਤ ਕੈਲੀਬਰ ਦੀ ਤੇ ਕੰਮ ਦੀ ਉਹ ਆਲੋਚਨਾ ਕਰ ਨਿੰਦਿਆ ਨਹੀਂ ਨਿੰਦਿਆ ਕਰਨੀ ਤੇ ਨਿੰਦੇ ਦਾ ਨਿੰਦਕ ਦੇ ਸਿਰ ਭਾਰ ਹੈ ਗੁਰਬਾਣੀ ਵੀ ਕਹਿੰਦੇ ਨਿੰਦਕ ਕਰਨੀ ਨਹੀਂ ਆਪਾਂ ਬਲਕੌਰ ਸਿੰਘ ਗਿੱਲ ਜਿਨ੍ਹਾਂ ਨੂੰ ਅਕਸਰ ਤੁਸੀਂ ਸੁਣਦੇ ਰਹਿੰਦੇ ਹੋ
ਅੱਜ ਦੀ ਮੁਲਾਕਾਤ ਵੱਖਰੀ ਜੀ ਕੁਝ ਰਾਜਨੀਤਿਕ ਗੱਲਾਂ ਵੀ ਹੋਣਾ ਤੇ ਕੁਝ ਹੋਰ ਗੱਲਾਂ ਵੀ ਪੰਜਾਬ ਨੂੰ ਲੈ ਕੇ ਜਿਹੜੀਆਂ ਉਹ ਕੀਤੀਆਂ ਗਈਆਂ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਇਜਾਜ਼ਤ ਦੇਖਦੇ ਰਹੋ ਟਾਕ ਵਿਦ ਰਤਨ ਧੰਨਵਾਦ।